ਫਰ ਵਾਚਿੰਗ ਵਿਜ਼ਨ ਪੰਜਾਬ ਟੀਵੀ ਤੇ ਮੈਂ ਸ਼ੋਅ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਵਾਰੀ ਫਿਰ ਦ ਲਾਈਮਲਾਈਟ ਤੇ ਲਾਈਮਲਾਈਟ ਦੇ ਵਿੱਚ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਹੈ ਮੈਂ ਚਾਹੁੰਦਾ ਕਿ ਉਹਨਾਂ ਦੀ ਇੰਟਰੋਡਕਸ਼ਨ ਮੈਂ ਨਾ ਦਵਾਂ ਬਲਕਿ ਉਹ ਖੁਦ ਹੀ ਦੇਣ ਤੇ ਮੈਂ ਕਹਿੰਦਾ ਆਉਣ ਦਿਓ ਸਰ ਫਿਰ ਪਤਾ ਪੇਸ਼ ਕਰਾਂ ਕਰਕੇ ਬਿਆਨ ਜੀ ਸੁਣ ਲਓ ਜੀ ਸਾਰੇ ਲਾ ਕੇ ਧਿਆਨ ਜੀ ਦੇਸ਼ ਹੈ ਦਵਾਬਾ ਹਿੱਸਾ ਜੋ ਪੰਜਾਬ ਦਾ ਸਤਲੁਜ ਬਿਆਸ ਵਿੱਚ ਹੈ ਸੁਹਾਮ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਸਾਂ ਬੋਲ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਸਾਂ ਬੋਲ ਕੇ ਤਹਿਸੀਲ ਕਰ ਸ਼ੰਕਰ ਸਨਾਮਾ ਖੋਲ ਕੇ ਪਿੰਡ ਜੋ ਤਮਾਈ ਖਾਸ ਡਾਕਖਾਨਾ ਹੈ ਇਹੋ ਨਾਮ ਦੁਨੀਆਂ ਤੇ ਹੋਰ ਘੱਟ ਜੀ ਛੋਟੀ ਜਿਹੀ ਨਗਰੀ ਗਰੀਬ ਜੱਟ ਦੀ ਸੁਖਸ਼ਿੰਦਰ ਸਿੰਘ ਸਿੰਧਾ ਨਾਮ ਦੇਵਾਂ ਦੱਸ ਜੀ ਪ੍ਰੇਮੀਆਂ ਦੇ ਦਿਲਾਂ ਵਿੱਚ ਰਿਹਾ ਵਸ ਜੀ ਪ੍ਰੇਮੀਆਂ ਦੇ ਦਿਲਾਂ ਵਿੱਚ ਰਿਹਾ ਵਸ ਜੀ ਵਾਹ ਜੀ ਵਾਹ ਸੋ ਹੈ ਵੀ ਗੋ ਗਾਈ ਸਾਡੇ ਨਾਲ ਅੱਜ ਮੌਜੂਦ ਨੇ ਲਾਈਮਲਾਈਟ ਦੇ ਵਿੱਚ ਸੁਖਸ਼ਿੰਦਰ ਸ਼ਿੰਦਾ ਸਰ ਸਰ ਕੀ ਹਾਲ ਚਾਲ ਹੈ ਸਭ ਤੋਂ ਬਲਦਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਜੀ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਵੀਰ ਬਜ਼ੁਰਗ ਬਤਾਵਾ ਭੈਣਾਂ ਜੋ ਸੁਣ ਰਿਹਾ ਤੁਹਾਡੇ ਚੈਨਲ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਭਲਾ ਕਰੇ ਤੇ ਆਸ ਹੈ ਵੀ ਸਭ ਠੀਕ ਹੋਣ ਇਸ ਨਾਲ ਚੀਜ਼ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਆ ਬਾਤ ਹੈ ਸਰ ਅੱਜ ਮਤਲਬ ਕਹਿ ਲਓ ਕਿ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਦਾ ਕਿਉਂਕਿ ਤੁਸੀਂ ਇੰਨਾ ਕੁ ਜ਼ਿਆਦਾ ਨਾਮ ਕੀਤਾ ਹੈ ਤੇ ਸਭ ਤੋਂ ਪਹਿਲਾਂ ਸਰ ਗੱਲ ਕਰਾਂਗੇ ਤੁਹਾਡੇ ਲੇਟੈਸਟ ਸੌਂਗ ਥ੍ਰਿਲ ਦੇ ਬਾਰੇ ਕਿਵੇਂ ਦਾ ਚੱਲ ਰਿਹਾ ਸਰ ਸੌਂਗ ਤੇ ਕਿੰਨਾ ਵਧੀਆ ਲੱਗਦਾ ਤੁਹਾਨੂੰ ਉਸ ਗਾਣੇ ਨੂੰ ਗਾ ਕੇ ਤੇ ਆਡੀਅੰਸ ਵੱਲੋਂ ਇੰਨਾ ਵਧੀਆ ਪਿਆਰ ਦੇ ਕੇ ਉਹ ਏਦਾਂ ਐਂ ਵੀ ਗੈਰੀ ਜੀ ਹਜੇ ਇੱਕ ਦਿਨ ਹੀ ਹੋਇਆ ਤੇ 1 million ਦੇ ਪਤਾ ਨੀ ਕਿੰਨੇ ਉੱਪਰ ਟੱਪ ਗਏ ਤੇ ਬਹੁਤ ਵਧੀਆ ਰਿਸਪੋਂਸ ਆ ਰਿਹਾ ਉਹ ਲੋਕਾਂ ਨੇ ਜੋ ਅਸਲ ਚ ਜਿਹੜੇ ਕਮੈਂਟਸ ਆ ਰਹੇ ਤੁਸੀਂ ਵੇਖੋ ਜਿਹੜਾ ਸਵਾਦ ਆ ਰਿਹਾ ਨਾ ਪੰਜਾਬੀਅਤ ਦਾ ਖਾਸ ਕਰਕੇ ਢੋਲ ਦਾ ਜੋ ਸਾਡਾ ਸਾਡੇ ਉਸਤਾਦ ਜੀ ਲਾਲ ਸਿੰਘ ਪੱਟੀ ਜੀ ਗੋਲਡ ਮੈਡਲਿਸਟ ਪੰਜਾਬ ਦੇ ਖਾਲਸਾ ਕਾਲਜ ਦੇ ਤੇ ਉਹਨਾਂ ਦਾ ਅੰਦਾਜ਼ ਢੋਲ ਦੇ ਵਿੱਚ ਕੋਈ ਬੀਟ ਹੀ ਨਹੀਂ ਕਰ ਸਕਦਾ ਲੇਕਿਨ ਉਹਨਾਂ ਤੋਂ ਪ੍ਰਸ਼ਾਦ ਲਿਆ ਜਿਹਦੀ ਢੋਲ ਦੀ ਆਵਾਜ਼ ਤੇ ਉਹਦਾ ਜਿਹੜਾ ਪੰਜਾਬੀਅਤ ਦੇ ਵਿੱਚ ਲੋਕਾਂ ਨੂੰ ਝਲਕ ਆ ਰਹੀ ਹੈ ਗੀਤ ਦੇ ਵਿੱਚ ਉਹ ਤੇ ਮਜ਼ਾ ਆ ਰਿਹਾ ਤੇ ਗਜੇਜ ਅਖਤਰ ਬਹੁਤ ਅੱਛੀ ਸਿੰਗਰ ਆ ਕਿਆ ਬਾਤ ਉਹਨਾਂ ਦੀ ਲਿਖਿਆ ਗੁਰਮਿੰਦਰ ਮਦੋਕੇ ਨੇ ਟੋਰਾਂਟੋ ਤੋਂ ਮੇਰੇ ਵੀਰ ਨੇ ਲਿਖਿਆ ਜੋ ਜਿਹਨੇ ਵੀ ਗੀਤ ਉਹਨਾਂ ਮੇਰੇ ਵਾਸਤੇ ਲਿਖੇ ਗੈਰੀ ਜੀ ਬੜੇ ਲੱਕੀ ਰਹੇ ਜਿਵੇਂ ਕਿ ਜਾਣ ਜਾਣ ਵੰਗਾ ਛਨਕਾ ਕੇ ਨੇ ਮਿੱਤਰਾਂ ਦਾ ਨਾਂ ਪੁੱਛਦੀ 1 million ਕਹਿੰਦੇ ਮੁੰਡੇ ਤੈਨੂੰ ਸਾਰੇ ਵੱਜਦੀ ਹੈ ਤਾੜੀ ਲੱਕ ਹਿੱਲਦੇ ਨਾਲ ਸ਼ੋਲਡਰ ਸਰਫ ਸੋ ਇਹ ਉਹਨਾਂ ਦਾ ਅਗਲਾ ਗੀਤ ਉਹਨਾਂ ਦਾ ਮੈਂ ਗਾਇਆ ਭਾਜੀ ਦਾ ਗੁਰਮਿੰਦਰ ਮਦੋਕੇ ਦੇ ਸੋ ਥ੍ਰਿਲ ਤੇ ਲੋਕੀ ਬਹੁਤ ਸਾਰੇ ਵੀਡੀਓਜ਼ ਭੇਜ ਰਹੇ ਆ ਕਿਉਂਕਿ ਹੁਣ ਲੋਕਡਾਊਨ ਆ ਤੇ ਘਰ ਚ ਬਹਿ ਕੇ ਉਹ ਮਤਲਬ ਭੰਗੜੇ ਪਾਉਂਦੇ ਤੇ ਸਿਹਤ ਬਣਾਉਂਦੇ ਆ ਸੋ ਉਹ ਵੀਡੀਓ ਕਲਿੱਪ ਬਹੁਤ ਸਾਰੇ ਰੁਕ ਰਹੇ ਨੇ ਹੌਲੀ ਹੌਲੀ ਮੈਂ ਭੇਜੂਗਾ ਸਾਰਿਆਂ ਨੂੰ ਲਾਵਾਂਗਾ ਤੇ ਬਹੁਤ ਧੰਨਵਾਦੀ ਆ ਬਹੁਤ ਅੱਛਾ ਰਿਸਪੋਂਸ ਆ ਰਿਹਾ ਤੇ ਮੈਂ ਧੰਨਵਾਦੀ ਸਾਰੇ ਸਰੋਤਿਆਂ ਦਾ ਜੋ ਇੰਨਾ ਪਿਆਰ ਦੇ ਰਹੇ ਇਸ ਨਾਲ ਚੀਜ਼ ਨੂੰ ਤੇ ਸਰ ਮੈਂ ਚਾਹੁੰਦਾ ਕਿ ਆਪਾਂ ਸ਼ੁਰੂਆਤ ਮੈਂ ਕਹਿੰਦਾ ਉਸ ਗਾਣੇ ਤੋਂ ਕਰੀਏ ਤੇ ਦੋ ਕੁ ਬੋਲ ਹੋ ਜਾਣ ਸਾਡੀ ਆਡੀਅੰਸ ਦੇ ਲਈ ਤੁਸੀਂ ਓਲਡ ਹੁੰਦੇ ਨੇ ਤੁਸੀਂ ਸਰ ਯੰਗ ਹੁੰਦੇ ਜਾ ਰਹੇ ਹੋ ਕੀ ਰੀਜ਼ਨ ਕੀ ਹੈ ਸਰ ਇਹਦਾ ਉਹ ਗੈਰੀ ਜੀ ਮੈਨੂੰ ਜਿੱਥੇ ਵੀ ਜਾਂਦਾ ਮੈਨੂੰ ਪੁੱਛਦੇ ਲੋਕੀ ਕੁਐਸਚਨ ਮੈਂ ਕਹਿੰਦਾ ਨਾ ਵੀ 7 ਵਜੇ ਸਵੇਰ ਨੂੰ ਆ ਜਾਓ ਮੇਰੇ ਕੋਲ 2 ਘੰਟੇ ਕੱਢ ਕੇ ਮੈਂ ਦੱਸਾਂਗਾ ਇਹ ਆ ਵੀ ਤੁਸੀਂ ਆਪਣਾ ਐਕਸਰਸਾਈਜ਼ ਬਹੁਤ ਜ਼ਰੂਰੀ ਆ ਤੇ ਖਾਣਾ ਬਹੁਤ ਜ਼ਰੂਰੀ ਆ ਤੁਸੀਂ ਕੀ ਹੁਣ ਜਿੱਦਾਂ ਲੋਕਡਾਊਨ ਦੇ ਵਿੱਚ ਹੈ ਨਾ ਮੈਂ ਕਹਿੰਦਾ ਉਹਨਾਂ ਸਾਰਿਆਂ ਨੂੰ ਵੀ ਧਿਆਨ ਰੱਖੋ ਇਹ ਨਹੀਂ ਵੀ ਸਮੋਸੇ ਪਕੌੜੇ ਦੇ ਪਰੌਂਠੇ ਰੋਜ਼ ਚੱਲੋ ਇਹ ਤਾਂ ਜਿਹੜਾ ਮਤਲਬ ਬਲੋਕੇਜ ਕਰਨ ਵਾਲੀ ਗੱਲ ਆ ਤੇ ਧਿਆਨ ਨਾ ਖਾਓ ਦਾਲ ਫੁਲਕਾ ਸਾਦਾ ਮਾਲਕ ਸਾਹਿਬ ਦਾ ਭਲਾ ਕਰੇ ਸੈਰ ਕਰੋ ਜਿੰਨਾ ਵੀ ਤੁਸੀਂ ਘਰ ਦੇ ਵਿੱਚ ਕਰ ਸਕਦੇ ਆ ਬਹੁਤ ਜ਼ਰੂਰੀ ਆ ਤੇ ਬਾਕੀ ਗੱਲ ਹੁੰਦੀ ਹੈ ਵੀ ਖੁਸ਼ ਰਹਿਣਾ ਜਿਹੜਾ ਸਭ ਤੋਂ ਹਨਾ ਇੱਕ ਬੰਦਾ ਜੇ ਖੁਸ਼ ਰਹੇ ਤੇ ਇਹ ਵੀ ਗੱਲ ਆ ਤੇ ਬਾਕੀ ਜੋ ਇਸ ਲੋਕਡਾਊਨ ਦੇ ਵਿੱਚ ਅਸੀਂ ਸਭ ਰਲ ਕੇ ਅਰਦਾਸ ਕਰੀਏ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇ ਪਤਾ ਨੀ ਸਤਿਗੁਰੂ ਨੇ ਕਿਹਦੀ ਅਰਦਾਸ ਸੁਣੀ ਸਭ ਦਾ ਭਲਾ ਮੰਗਿਆ ਸਰ ਅਗਰ ਮੈਂ ਉਧਰ ਦੀ ਗੱਲ ਕਰਾਂ ਤੇ ਉੱਥੇ ਦਾ ਕੀ ਮਾਹੌਲ ਚੱਲ ਰਿਹਾ ਲੋਕਡਾਊਨ ਦਾ ਤੇ ਤੁਸੀਂ ਕੀ ਕਰ ਰਹੇ ਹੋ ਇਸ ਲੋਕਡਾਊਨ ਦੇ ਵਿੱਚ ਮਿਊਜ਼ਿਕ ਬਣਾਉਣ ਤੋਂ ਇਲਾਵਾ ਗੈਰੀ ਸਾਹਿਬ ਏਦਾਂ ਹੈ ਵੀ ਐਕਸਰਸਾਈਜ਼ ਮਿਊਜ਼ਿਕ ਤੇ ਬੱਚਿਆਂ ਦਾ ਖਾਣਾ ਤਿਆਰ ਕਰਨਾ ਬ੍ਰੈਕਫਾਸਟ ਲੰਚ ਕਿਉਂਕਿ ਬੱਚੇ ਸਕੂਲ ਤੇ ਜਾਂਦੇ ਆ
ਟੀ ਟਾਈਮ ਤੇ ਕੀ ਬਣਾਉਣਾ ਜੋ ਉਹਨਾਂ ਦੀ ਚੋਇਸ ਹੈ ਮੈਂ ਉਹਦੇ 'ਚ ਵੀ ਲੱਗਾ ਹਾਂ ਤੇ ਗਾਰਡਨ 'ਚ ਵੀ ਲੱਗਾ ਹੁੰਦਾ ਤੂੰ ਮਜ਼ੇ ਮਤਲਬ ਇਹ ਚੀਜ਼ ਹੈ ਵੀ ਜਿਹੜਾ ਲੋਕਡਾਊਨ ਹੈ ਨਾ ਇਹਦਾ ਫਾਇਦਾ ਕਿੱਦਾਂ ਤੁਸੀਂ ਲੈਣਾ ਮੈਂ ਕਹਿੰਦਾ ਹੁਣ ਜਿਹੜੇ ਸਾਡੇ ਲਾਈਨ ਦੇ ਬੰਦੇ ਆ ਇਹਦੇ ਵਿੱਚ ਰਿਆਜ਼ ਕਰ ਸਕਦੇ ਤੁਸੀਂ ਯਾਰ ਕਿਸੇ ਨੇ ਹੋਰ ਲੈਂਗੁਏਜ ਸਿੱਖਣੀ ਹੈ ਉਹ ਵੀ ਸਿੱਖ ਸਕਦਾ ਹਾਂਜੀ ਘਰ ਦੇ ਕੰਮ ਕਰਨੇ ਆ ਜੇ ਹੁਣ ਤੁਸੀਂ ਫੋਨ ਤੇ ਲੱਗੇ ਰਹਿਣਾ 24 ਘੰਟੇ ਤੇ ਕੀ ਮਿਲਣਾ ਮਹਾਰਾਜ ਸੋ ਇਹ ਗੱਲ ਆ ਕਿ ਤੁਸੀਂ ਇਸ ਟਾਈਮ ਨੂੰ ਕਿੱਦਾਂ ਲੈਣਾ ਪੋਜ਼ਿਟਿਵ ਦੇ ਫੈਮਿਲੀ ਦੇ ਨਾਲ ਮਿਕਸ ਹੋ ਬੱਚਿਆਂ ਦੇ ਨਾਲ ਇਹੀ ਕੋਸ਼ਿਸ਼ ਕਰ ਰਿਹਾ ਚਲੋ ਮਾਲਕ ਸਭ ਦਾ ਭਲਾ ਕਰੇ ਇਹ ਟਾਈਮ ਨੂੰ ਤੁਸੀਂ ਚੰਗੇ ਸੋਚ ਨਾਲ ਲੈ ਕੇ ਬਤਾਓ ਇਹ ਗੱਲ ਹੈ ਜੀ ਤੇ ਸਰ ਕਰੋਨਾ ਵਾਇਰਸ ਤੇ ਆਪਾਂ ਦੇਖਿਆ ਕਿ ਕਾਫੀ ਸਾਰੇ ਸਿੰਗਰ ਤੇ ਗਾਣਾ ਗਾ ਰਹੇ ਨੇ ਇਸ ਵਾਇਰਸ ਨੂੰ ਲੈ ਕੇ ਕਈ ਪੋਜ਼ਿਟਿਵਲੀ ਗਾ ਰਹੇ ਨੇ ਕੋਈ ਇਸ ਦਾ ਬੈਡ ਇੰਪੈਕਟ ਦਿਖਾ ਰਿਹਾ ਤੇ ਸਰ ਤੁਸੀਂ ਨਹੀਂ ਸੋਚਿਆ ਵੀ ਇਸ ਦੇ ਉੱਤੇ ਗਾਣਾ ਲਿਖਿਆ ਜਾਵੇ ਜਾਂ ਕੱਢਿਆ ਜਾਵੇ ਕਿਸੇ ਹੋਰ ਸਿੰਗਰ ਤੋਂ ਗਵਾਇਆ ਜਾਵੇ ਵੀਰ ਜੀ ਮੈਂ ਕਰੋਨਾ ਤੇ ਨਹੀਂ ਮੈਂ ਪੋਜ਼ਿਟਿਵ ਕਿੰਨੇ ਤੁਸੀਂ ਮੇਰੀ ਜਿਹੜਾ ਫੇਸਬੁੱਕ ਤੇ ਜਾਣਗੇ ਨਾ ਪਹਿਲਾਂ ਤੇ ਗੀਤ ਡਾਕਟਰ ਜਗਤਾਰ ਦਾ ਸਵਰਗੀਆ ਤੇ ਕੰਮ ਦਿਲਾਂ ਨੂੰ ਦਿਲ ਨਾ ਭਰਿਆ ਭਰਦਾ ਹੀ ਜਾਂ ਖੁਦਾ ਸਾਹਿਬ ਦੇ ਘਰਾਂ ਨੂੰ ਪ੍ਰੇ ਫੋਰ ਦਾ ਵਰਲਡ ਉਹ ਕੱਢਿਆ ਸੀਗਾ ਫਿਰ ਮੈਂ ਘਰ ਦੇ ਵਿੱਚ ਗਾ ਕੇ ਬਹੁਤ ਸਾਰੀਆਂ ਚੀਜ਼ਾਂ ਤਬਲੇ ਨਾਲ ਹਾਰਮੋਨੀਅਮ ਨਾਲ ਇੱਕ ਚੀਜ਼ ਮੈਂ ਗਾਈ ਕੁਦਰਤ ਦੋ ਬੋਲ ਸੁਣਾਉਣਾ ਤੁਹਾਨੂੰ ਮੂੰਹੋਂ ਕੁਝ ਨੀ ਆੜਨਾ ਫਿਰ ਜਵਾਬ ਬੰਦੇ ਕੋਲੋਂ ਮੂੰਹੋਂ ਕੁਝ ਨੀ ਆੜਨਾ ਫਿਰ ਜਵਾਬ ਬੰਦੇ ਕੋਲੋਂ ਇੱਕ ਦਿਨ ਕੁਦਰਤ ਨੇ ਲੈਣਾ ਏ ਹਿਸਾਬ ਬੰਦੇ ਕੋਲੋਂ ਇੱਕ ਦਿਨ ਕੁਦਰਤ ਨੇ ਬੇਜ਼ਬਾਨਾ ਉੱਤੇ ਕੀਤੇ ਜ਼ੁਲਮ ਵੀ ਬੋਲਣਗੇ ਬੇਜ਼ਬਾਨਾ ਉੱਤੇ ਕੀਤੇ ਜ਼ੁਲਮ ਵੀ ਬੋਲਣਗੇ ਪੌਣ ਪਾਣੀ ਜਦ ਕੱਲੀ ਕੱਲੀ ਗੰਢ ਨੂੰ ਖੋਲਣਗੇ ਬੰਦਾ ਹੋ ਕੇ ਬੰਦਾ ਵੀ ਤੂੰ ਛੱਡਿਆ ਨਹੀਂ ਬੰਦਿਆ ਤੇਰੇ ਕਰਮ ਹੀ ਜਦ ਤੈਨੂੰ ਤਕੜੀ ਵਿੱਚ ਤੋਲਣਗੇ ਬਹੁਤੀ ਦੇਰ ਨਾ ਸਹਿਣੀ ਧਰਤੀ ਨੇ ਦਾਬ ਬੰਦੇ ਕੋਲੋਂ ਇੱਕ ਦਿਨ ਕੁਦਰਤ ਨੇ ਲੈਣਾ ਏ ਹਿਸਾਬ ਬੰਦੇ ਕੋਲੋਂ ਇੱਕ ਦਿਨ ਕੁਦਰਤ ਨੇ ਵਾਹ ਜੀ ਵਾਹ ਸਰ ਕਿਆ ਬਾਤ ਹੈ ਬਹੁਤ ਹੀ ਸੋਹਣਾ ਲਿਖਿਆ ਸਰ ਤੁਸੀਂ ਇਹ ਜਸਦੀਪ ਸਾਗਰ ਜੀ ਨੇ ਲਿਖਿਆ ਬਹੁਤ ਕਮਾਲ ਦੇ ਬੋਲ ਲਿਖੇ ਸੋ ਇੱਕ ਦਿਨ ਕੁਦਰਤ ਨੇ ਲੈਣਾ ਹਿਸਾਬ ਬੰਦੇ ਤੋਂ ਜੋ ਅਸੀਂ ਕੀਤਾ ਹੈ ਨਾ ਤੇ ਉਹਦਾ ਤੇ ਮਾਲਕ ਦੇ ਹੁਕਮ ਚ ਹੋ ਰਿਹਾ ਇਹਦੇ ਚ ਕੋਈ ਕਹਿ ਨਹੀਂ ਸਕਦੇ ਤੇ ਜੋ ਸਤਿਗੁਰ ਦੇ ਹੁਕਮ ਦੇ ਵਿੱਚ ਹੋ ਰਿਹਾ ਤੇ ਠੀਕ ਵੀ ਹੋ ਜਾਏਗਾ ਲੇਕਿਨ ਰਲ ਕੇ ਅਰਦਾਸ ਕਰੀਏ ਸਭ ਵਾਸਤੇ ਇਹੀ ਕਰ ਸਕਦੇ ਹਾਂ ਸਰ ਆਲਮੋਸਟ 2 ਮੰਥਸ ਹੋ ਚੁੱਕੇ ਨੇ ਸਾਡੀ ਇੰਡਸਟਰੀ ਬਿਲਕੁਲ ਕੱਟ ਆਫ ਹੋਈ ਪਈ ਹੈ ਕਿਉਂਕਿ ਲੋਕਡਾਊਨ ਚੱਲ ਰਿਹਾ ਕਾਫੀ ਕੰਟਰੀ ਵਿੱਚ ਕਰਫਿਊ ਵੀ ਲੱਗਿਆ ਹੋਇਆ ਤੇ ਇਸ ਦਾ ਬੈਡ ਇੰਪੈਕਟ ਬਹੁਤ ਜ਼ਿਆਦਾ ਪਿਆ ਸਰ ਡੇਲੀ ਵੇਜ ਵਰਕਰਸ ਦੇ ਉੱਤੇ ਅਗਰ ਤੁਸੀਂ ਜਿਵੇਂ ਇੱਕ ਐਜ਼ ਐਨ ਸਿੰਗਰ ਜੇ ਮੈਂ ਥੋੜੀ ਗੱਲ ਕਰਾਂ ਤਾਂ ਬਹੁਤ ਸਾਰੇ ਮਿਊਜ਼ੀਸ਼ੀਅਨਸ ਇੱਦਾਂ ਦੇ ਨੇ ਜੋ ਸਿਰਫ ਤੇ ਸਿਰਫ ਡੇਲੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਤੋਂ ਹੀ ਆਪਣੀ ਕਮਾਈ ਕਰਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਬੈਡ ਇੰਪੈਕਟ ਪਿਆ ਸਰ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਤੇ ਸਾਡੇ ਇੰਡਸਟਰੀ ਦੇ ਲੋਕਾਂ ਨੂੰ ਕੀ ਕਹੋਗੇ ਵੀ ਉਹਨਾਂ ਦੀ ਹੈਲਪ ਕਿਵੇਂ ਕੀਤੀ ਜਾਵੇ ਦੇਖੋ ਹੁਣ ਪੰਜਾਬ ਦੇ ਵਿੱਚ ਕੁਝ ਸਿਸਟਮ ਬਣਨਾ ਚਾਹੀਦਾ ਮਾਫ਼ ਕਰਨਾ ਪੰਜਾਬ ਦੇ ਵਿੱਚ ਕੋਈ ਸਿਸਟਮ ਨਹੀਂ ਉਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਈ ਆਪਾਂ ਕਹੀਏ ਵੀ ਬਹੁਤ ਵਧੀਆ ਨਾ ਹਾਂਜੀ ਤੇ ਗੱਲ ਇਹ ਆ ਵੀ ਸਾਡਾ ਇੱਕ ਦੋਸਤ ਦੁਨੀਆਂ ਤੋਂ ਚੱਲ ਗਿਆ ਸਾਡਾ ਅੰਕਲ ਜੀ ਵੀ ਸੀਗਾ ਦੇਵਰਾਜ ਜੱਸਲ ਜੀ ਸਵਰਗੀ ਆ ਬਹੁਤ ਸਾਰੇ ਗੀਤ ਲਿਖੇ ਉਹਨਾਂ ਨੇ ਮੈਂ ਰਿਕਾਰਡ ਵੀ ਕੀਤੇ ਆ ਈ ਐਸ ਕੰਗ ਜੀ ਨੇ ਗਾਇਆ ਸੀਗਾ ਖਾਓ ਪੀਓ ਐਸ਼ ਕਰੋ ਮਿੱਤਰੋ ਹਾਂਜੀ ਦੇਵਰਾਜ ਜੱਸਲ ਜੀ ਤੇ ਗੱਲ ਇਹ ਆ ਉਹ ਜਦੋਂ ਪੰਜਾਬ ਗਿਆ ਨਾ ਮੈਂ ਪੁਰਾਣੀ ਗੱਲ ਤੁਹਾਨੂੰ ਦੱਸ ਰਿਹਾ ਸੱਚਾਈ ਦੀ ਉਹ ਜਦੋਂ ਆਇਆ ਯੂਕੇ ਮਤਲਬ ਪਹਿਲੀ ਵਾਰੀ ਗਿਆ ਇੱਥੇ ਪੱਕਾ ਹੋ ਗਿਆ ਸੀਗਾ ਫਿਰ ਪੰਜਾਬ ਗਿਆ ਕਈ ਸਾਲਾਂ ਬਾਅਦ ਤੇ ਜਦੋਂ ਆਇਆ ਤੇ ਮੈਂ ਉਹਨੂੰ ਮਿਲਣ ਗਿਆ ਮੈਂ ਕਿਹਾ ਦੇਵਰਾਜ ਕਿੱਦਾਂ ਜੀ ਕਿੱਦਾਂ ਰਿਹਾ ਇੰਡੀਆ ਕਹਿੰਦਾ ਯਾਰ ਛੱਡ ਤੂੰ ਇੰਡੀਆ ਨੂੰ ਤੇ ਮੈਂ ਬਹੁਤ ਗੀਤ ਲਿਖੇ ਮੇਰਾ ਡੰਗਲਾ ਪੰਜਾਬ ਕਹਿੰਦਾ ਮੇਰੇ ਆਪਣੇ ਭਰਾ ਮੈਨੂੰ ਵੱਢਣ ਨੂੰ ਫਿਰਦੇ ਸੀਗੇ ਕਹਿੰਦਾ ਇੰਡੀਆ ਦੇ ਵਿੱਚ ਕਹਿੰਦਾ ਲਾ ਦਿੰਦਾ ਆ ਮਾਫ਼ ਕਰਨਾ ਤੇ ਲੇਕਿਨ ਮੈਂ ਇਹ ਕਹੂੰਗਾ ਸਰਕਾਰਾਂ ਉਹ ਤੁਹਾਨੂੰ ਫਿਰ ਗੁਜ਼ਾਰਾ ਜੁਗਾ ਪੈਸੇ ਦਿੰਦੇ ਆ ਏਦਾਂ ਦਾ ਕੋਈ ਸਿਸਟਮ ਬਣੇ ਜੀ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਅਮੀਰ ਆ ਹੋਰ ਅਮੀਰ ਹੋਈ ਜਾਂਦੇ ਜਿਹੜੇ ਗਰੀਬ ਆ ਹੋਰ ਗਰੀਬ ਹੋਈ ਜਾਂਦੇ ਬੜੇ ਤਰਸਯੋਗ ਆ ਮਹਾਰਾਜ ਹਾਂ ਸਭ ਮਰੀਜ਼ਾਂ ਨੂੰ ਮਿਲੀ ਸਬਰੋ ਕਰਾਰ ਮੁੱਦਤਾਂ ਦੇ ਜ਼ਖਮ ਸਾਰੇ ਭਰ ਦਈ ਜਾਂ ਖੁਦਾ ਸਾਹਿਬ ਬੇਘਰਾਂ ਨੂੰ ਕਰ ਦਈ ਸੋ ਫਰਦਾਤ ਹੀ ਹੈ ਸਤਿਗੁਰੂ ਬਖਸ਼ਿਸ਼ ਕਰਨੇ ਸਿਸਟਮ ਬਣੇ ਬਾਬਾ ਜੀ ਉੱਥੇ ਤਰਸਯੋਗ ਹਾਲਤ ਆ ਤੇ ਮੈਂ ਕੰਨ ਮਾਲਕ ਦਾ ਸ਼ੁਕਰ ਹੈ ਵੀ ਉੱਥੇ ਬਿਮਾਰੀ ਜ਼ਿਆਦਾ ਨਹੀਂ ਫੈਲੀ ਨਹੀਂ ਉੱਥੇ ਤੇ ਕੋਈ ਸਾਂਭ ਵੀ ਨਹੀਂ ਹੋਣੀ ਮਹਾਰਾਜ ਕੌਣ ਜਾਏਗਾ ਹੋਸਪਿਟਲ ਤੇ ਹਨਾ ਇੱਥੇ ਇਲਾਜ ਵੀ ਫ੍ਰੀ ਆ ਮੈਂ ਕਹਿੰਦਾ ਹੁਣ ਜਿਹੜਾ ਇੰਡੀਆ ਤੋਂ ਬਾਹਰ ਆ ਗਿਆ ਤੇ ਸਵਰਗ ਜੇ ਆ ਗਿਆ ਭਰਾ ਤੁਸੀਂ ਸ਼ੁਕਰ ਕਰੋ ਦਾਤੇ ਦਾ ਹਨਾ ਕਦਰ ਤਾਂ ਹੈਗੀ ਹੈ ਬੰਦਾ ਇੱਥੇ ਕੁੱਤਾ ਵੀ ਮਰ ਜਾਵੇ ਨਾ ਰੋਡ ਤੇ ਹਾਲਾ ਲਾਲਾ ਹੋ ਜਾਂਦੀ ਆ ਹਾਂ
ਤੇ ਉੱਥੇ ਬੰਦਾ ਮਰ ਜਾਏ ਤੇ ਕੋਈ ਉਹਦੇ ਲਾਗੇ ਨਹੀਂ ਕੋਈ ਜਾਂਦਾ ਯਾਰ, ਪੁਲਿਸ ਕੇਸ ਮੇਰੇ ਤੇ ਬਣ ਜਾ ਰੱਖਦੇ ਯਾਰ, ਇਹ ਕਿੱਥੋਂ ਆਪਾਂ ਕੀ ਕਰ ਸਕਦੇ ਮਾਰੇ, ਤਰਸ ਹੀ ਹੋ ਗਿਆ ਆਪਾਂ। ਹਾਂ ਤੇ ਸਰ ਗੱਲ ਪਰ ਕਰੂੰਗਾ ਅਗਰ ਮੈਂ ਗੱਲਾਂ ਪਤਾ ਤੁਹਾਡੇ ਸੱਜਣੀਆਂ, ਮੈਂ ਵੀਰ ਜੀ ਮੈਂ ਗੱਲਾਂ ਸੱਚ ਕਹਿਣੀਆਂ ਆ, ਤੇ ਮੈਨੂੰ ਕੋਈ ਵੰਗ ਵਗਲ ਨਹੀਂ ਏਦਾਂ ਵੀ ਮੈਂ ਏਦਾਂ ਕਮਾ ਬਹੁਤ ਬੱਲੇ ਏਦਾਂ ਹੋ ਗਈ ਏਦਾਂ, ਸੱਚਾਈ ਹੈ, ਸੱਚਾਈ ਨੂੰ ਸਾਹਮਣਾ ਕਰਨਾ ਚਾਹੀਦਾ ਬੰਦੇ। ਕਿਆ ਬਾਤ ਹੈ ਸਰ, ਸਰ ਇਹੀ ਤੁਹਾਡੀ ਜਿਹੜੀ ਇੱਕ ਪਰਸਨੈਲਿਟੀ ਹੈ ਨਾ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਕਿ ਤੁਸੀਂ ਬਿਲਕੁਲ ਬੇਬਾਕ ਹੋ ਕੇ ਬੋਲਦੇ ਹੋ, ਤੇ ਇਸੇ ਦੀ ਅਸੀਂ ਕਦਰ ਕਰਦੇ ਹਾਂ ਸਰ, ਇਸੇ ਕਰਕੇ ਅਸੀਂ ਖੁਦ ਮੈਂ ਖੁਦ ਤੁਹਾਡਾ ਬਹੁਤ ਵੱਡਾ ਪਰਸਨਲੀ ਫੈਨ ਹੈ ਸਰ। ਚਲੋ ਮਹਾਰਾਜ ਥੈਂਕ ਯੂ ਕੈਰੀ ਜੀ, ਤੇ ਤੁਹਾਡਾ ਮਾਮਾ ਜੀ ਸੂਰਾਪੁਰੀ ਜੀ ਮਹਾਰਾਜ ਕਿਆ ਬਾਤ ਉਹਨਾਂ ਦੀ ਮਹਾਰਾਜ, ਸਤਪਾਲ ਸੂਰਾਪੁਰੀ ਹੈ ਸਾਡੇ ਵੱਡੇ ਵੀਰ ਮਹਾਰਾਜ, ਸਾਡੇ ਇਲਾਕੇ ਦੀ ਸ਼ਾਨ ਹੈ ਉਹ ਵੀ। ਜੀ 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 ਉਹ ਵੀ ਬਹੁਤ ਵਧੀਆ ਨੇ ਸਰ, ਤੁਹਾਨੂੰ ਯਾਦ ਕਰਦੇ ਸੀਗੇ। ਤੇ ਸਰ ਅਗਰ ਮੈਂ ਤੁਹਾਡੇ ਸ਼ੁਰੂਆਤੀ ਦੌਰ ਦੀ ਅਗਰ ਮੈਂ ਗੱਲ ਕਰਾਂ ਤਾਂ 1993 ਦੇ ਵਿੱਚ ਸਰ ਢੋਲ ਬੀਟ ਤੋਂ ਸਟਾਰਟ ਕੀਤਾ ਸੀਗਾ ਤੁਸੀਂ ਕੰਮ, ਤੇ ਹੁਣ ਤੱਕ ਮੇਰੇ ਖਿਆਲ ਤੋਂ 200 ਤੋਂ ਵੀ ਪਲੱਸ ਐਲਬਮ ਦੇ ਵਿੱਚ ਤੁਸੀਂ ਕੋਲੈਬੋਰੇਟ ਕਰ ਲਿਆ ਤੇ ਉਹਨੂੰ ਪ੍ਰੋਡਿਊਸ ਵੀ ਕਰਤਿਆ ਸਰ, ਮਤਲਬ ਸੋਚਿਆ ਸੀਗਾ ਵੀ ਇੰਨੀ ਅੱਗੇ ਤੱਕ ਆ ਜਾਓਗੇ ਤੇ ਮਤਲਬ ਇੰਨਾ ਜ਼ਿਆਦਾ ਮਿਊਜ਼ਿਕ ਦਿਓਗੇ ਤੁਸੀਂ ਇੰਡਸਟਰੀ ਨੂੰ? ਨਹੀਂ ਗੈਰੀ ਜੀ ਕਦੇ ਨੀ ਸੋਚਿਆ ਸੀਗਾ, ਮੈਂ ਜਦੋਂ ਸ਼ੁਰੂਆਤ ਕੀਤੀ ਹੈ ਨਾ ਸਾਡੇ ਭਾਈ ਸਾਹਿਬ ਸਵਰਗੀ ਮੋਹਨ ਸਿੰਘ ਨਵਾਣਾ ਜੀ ਨਾਲ, ਮੈਨੂੰ ਤਬਲੇ ਤੇ ਲੈ ਜਾਂਦੇ ਸੀਗਾ, ਛੋਟਾ ਜਿਹਾ ਸੀਗਾ, ਭੁਆਦਾ ਵੀ ਨੀ ਸੀਗਾ, ਕਹਿੰਦਾ ਯਾਰ ਤੂੰ ਪੁੱਠਾ ਸਿੱਧਾ ਵਜਾਈ ਜਾ, ਉਹਦਾ ਸੀਗਾ ਵੀ ਇਹਨੂੰ ਲਗਨ ਲੱਗ ਜਾਵੇ, ਮੈਂ ਆਪਣੇ ਬੱਚੇ ਵੀ ਲੈ ਕੇ ਜਾਂਦਾ ਹੁੰਦਾ ਪ੍ਰੋਗਰਾਮ ਚ, ਹਨਾ ਜਦੋਂ ਮੇਰੇ ਚੱਲਦੇ ਆ, ਹੁਣ ਜਿਵੇਂ ਜਿਵੇਂ ਇੱਕ ਛੋਟਾ ਬੋਈ ਸੀਗਾ ਉਹ ਫਿਰ ਵੱਡਾ ਹੋ ਗਿਆ, ਦੂਜੇ ਬੋਈ ਨੂੰ ਨਾਲ ਫਿਰ ਲਗਨ ਲੱਗ ਸਕੇ, ਲੇਕਿਨ ਇਹ ਗੱਲ ਆ ਜੋ ਤੀਕ ਅੰਦਰੋਂ ਨਾ ਖਿੱਚ ਹੋਵੇ ਨਾ, ਤੇ ਮੈਨੂੰ ਏਦਾਂ ਸੀਗਾ ਵੀ ਮੈਨੂੰ ਕੋਈ ਵੀ ਤਬਲੇ ਤੇ ਲੈ ਜਾਵੇ, ਕੋਈ ਬਾਜੇ ਤੇ ਲੈ ਜਾਵੇਗਾ ਢੋਲ ਤੇ, ਮੈਨੂੰ ਸ਼ੌਂਕ ਬਹੁਤ ਸੀਗਾ, ਪੈਸਿਆਂ ਦਾ ਨਹੀਂ ਸੀਗਾ, ਮੈਂ ਕਹਿੰਦਾ ਯਾਰ ਮੈਂ ਸਾਜ ਵਜਾਵਾਂ ਗਾਵਾਂ ਗਾਈਏ ਵਜਾਈਏ, ਹਜੇ ਵੀ ਉਹ ਮਨ ਦੇ ਵਿੱਚ ਦਿਲ ਦੇ ਵਿੱਚ ਹੈਗੇ ਮਹਾਰਾਜ ਖਿੱਚ ਸਾਜਾਂ ਪ੍ਰਤੀ ਜਾਂ ਗਾਉਣ ਪ੍ਰਤੀ, ਸੋ ਇਸ ਕਰਕੇ ਉਹ ਏਦਾਂ ਨਹੀਂ। ਮੈਂ ਤੁਹਾਨੂੰ ਇਹ ਦੱਸਣਾ ਗੈਰੀ ਜੀ, ਮਾਲਕ ਦੀ ਕਿਰਪਾ ਐਸੀ ਹੈ, ਜਿੱਥੇ ਮੈਂ ਐਜ਼ ਅ ਮਿਊਜ਼ੀਸ਼ੀਅਨ ਗਿਆ ਨਾ ਕੰਟਰੀ, ਹੀਰਾ ਗਰੁੱਪ ਦੇ ਨਾਲ ਆਪਣਾ ਸੰਗੀਤ, ਬਲਵਿੰਦਰ ਸਫਰੀ, ਏ ਐਸ ਕਾਂਗ ਜੀ, ਜੈਜ਼ੀ ਬੀ, ਮਦਨ ਮਦੀ, ਜਿੱਥੇ ਵੀ ਐਜ਼ ਅ ਮਿਊਜ਼ੀਸ਼ੀਅਨ ਮੈਂ ਗਿਆ ਕਿਸੇ ਨਾਲ, ਉੱਥੋਂ ਬਾਅਦ ਫਿਰ ਮੈਂ ਆਪਣਾ ਗਰੁੱਪ ਲੈ ਕੇ ਐਜ਼ ਅ ਸਿੰਗਰ ਵੀ ਗਿਆ, ਸਾਰੀ ਆਲਮੋਸਟ ਸਾਰੀ ਕੰਟਰੀ ਸਾਰੀ ਵਰਲਡ ਮੈਂ ਘੁੰਮ ਚੁੱਕਿਆ, ਸਤਿਗੁਰ ਦੀ ਇੰਨੀ ਬਖਸ਼ਿਸ਼ ਹੈ ਮਹਾਰਾਜ। ਹਾਂਜੀ ਇੱਥੇ ਕਈ ਏਦਾਂ ਦੇ ਬੰਦੇ ਆ ਇੱਕ ਜਗ੍ਹਾ ਚ ਰਹਿੰਦੇ ਆ ਤੇ ਸਾਰੀ ਉਮਰ ਉੱਥੇ ਕੰਮ ਕਰਦੇ ਰਹਿੰਦੇ, ਮਿਹਨਤ ਕਰਦੇ ਰਹਿੰਦੇ, ਕਦੇ ਬਾਹਰ ਜਾ ਹੀ ਨਹੀਂ ਸਕਦੇ ਵਿਚਾਰੇ, ਵੀਲਦਾਰੀਆਂ ਦੇ ਵਿੱਚ ਹੈ ਨਾ, ਬੱਚਿਆਂ ਵਾਸਤੇ ਕਰਦੇ ਰਹਿੰਦੇ ਆ। ਹਾਂ ਚੰਦ ਲਾਈਨ ਹੈ, ਮੈਂ ਬੱਚੇ ਜਿਹੜੇ ਨਾ ਮਾਫ ਕਰਨਾ, ਇੱਥੇ ਲੰਗਰ ਵੀ ਚੱਲਦੇ ਹੁਣ ਸਾਰੀ ਦੁਨੀਆਂ ਚੱਲਦੇ ਨਾ, ਜਿਹੜੇ 20 ਰੁਪਈਆਂ ਦਾ ਲੰਗਰ ਅੱਜ ਵੀ ਚੱਲਦਾ, ਇਹ ਦਾਤ ਹੈ, ਸਾਰੀ ਗੋਰੇ ਤੇ ਕਨੇਡਾ ਕੀ ਅਮਰੀਕਾ ਸਾਰੇ ਸਲੂਟ ਕਰਦੇ, ਸਿੱਖ ਪੰਥ ਜਾਂ ਪੰਜਾਬੀਆਂ ਦੇ ਦਿਲ ਐਸੇ ਹੈ ਨਾ, ਭੇਦਾਂ ਜਾਨ ਸਭ ਨੂੰ ਪਿਆਰੀ ਹੈ, ਇੱਕ ਤੇ ਫਰੰਟ ਲਾਈਨ ਵਰਕਰ ਜਿਹੜੇ ਜਾਂ NHS ਵਾਲੇ ਜਿਹੜੇ ਹੋਸਪਿਟਲ ਵਾਲੇ ਜਾਂ ਸਟਾਫ, ਉਹ ਵੀ ਕੰਮ ਤੇ ਜਾ ਰਿਹਾ, ਤੇ ਉਹ ਵੀ ਉਹਨਾਂ ਦੇ ਵੀ ਬੱਚੇ ਹੈਗੇ, ਉਹ ਵੀ ਕਹਿ ਸਕਦੇ ਪਿੱਛੇ ਨਹੀਂ ਜਾਣਾ, ਹਾਂਜੀ ਤੇ $200 ਮੈਨੂੰ ਵੀ ਘਰ ਮਿਲ ਸਕਦਾ ਤੁਹਾਨੂੰ, ਜਾਂ ਮੈਨੂੰ ਵੀ ਰੋਟੀ ਜੋਗੇ ਪੈਸੇ ਤੇ ਮਿਲ ਹੀ ਜਾਣੇ ਆ, ਲੇਕਿਨ ਬਹੁਤ ਵੱਡੀ ਗੱਲ ਆ। ਸੋ ਉਹਦੇ ਵਿੱਚ ਮੈਂ ਜਦੋਂ ਗਏ ਸੀਗੇ ਤੇ ਕਈ ਬਜ਼ੁਰਗਾਂ ਦਾ ਹਾਲ ਦੇਖਿਆ, ਜਦੋਂ ਉੱਥੇ ਗਏ ਬਜ਼ੁਰਗਾਂ ਦੇ ਤੇ ਮੈਨੂੰ ਭਾਈ ਸਾਹਿਬ ਕਹਿੰਦਾ ਵੀ ਤੁਸੀਂ ਨਾਲ ਸਿੱਖ ਪਾਤਾ ਜਾਣਾ, ਮੈਂ ਕਿਹਾ ਜ਼ਰੂਰ ਜਾਵਾਂਗਾ, ਤੇ ਉਹ ਬਜ਼ੁਰਗਾਂ ਨੂੰ ਵੇਖ ਕੇ ਉਹ ਕਹਿੰਦੇ ਸਾਡੇ ਬਜ਼ੁਰਗ ਨੇ ਦੱਸਿਆ ਵੀ ਸਾਡੇ ਬੱਚੇ ਆ ਉਹ ਸਾਨੂੰ ਕਹਿੰਦੇ ਵੀ ਅਸੀਂ ਲਾਗੇ ਨਹੀਂ ਆ ਸਕਦੇ ਕਰੋਨਾ ਵਾਇਰਸ, ਉਹ ਮੈਂ ਕਿਹਾ ਲੱਖ ਲਾਣਾ ਤੁਹਾਡੇ ਜੰਮਣ ਦੇ ਮਹਾਰਾਜ, ਕਰੋਨਾ ਵਾਇਰਸ ਤੋਂ ਆਪਣੇ ਮਾਂ ਪਿਓ ਤੋਂ ਰਾਸ਼ਨ ਪਾਣੀ ਵੀ ਨਹੀਂ ਛੱਡ ਸਕਦੇ ਹਾਂ। ਹਾਂਜੀ ਕੈਸੀ ਗੱਲ ਹੈ ਮਹਾਰਾਜ, ਸੋ ਉਹਦੇ ਚ ਮੈਂ ਚੰਦ ਫਿਰ ਬੋਲ ਤੁਹਾਨੂੰ ਨਜ਼ਰ ਕਰ ਰਿਹਾ, ਪਰ ਸੱਟ ਲੱਗੀ ਦਿਲ ਨੂੰ। ਠੰਡੀਆਂ ਬੋਰਡ ਦੀਆਂ ਛਾਵਾਂ ਨਾ ਪਿਓ ਮਿਲਦੇ ਨਾ ਮਾਵਾਂ, ਠੰਡੀਆਂ ਬੋਰਡ ਦੀਆਂ ਛਾਵਾਂ ਨਾ ਪਿਓ ਮਿਲਦੇ ਨਾ ਮਾਵਾਂ, ਦੇਵਨ ਵਾਲਾ ਜ਼ਿੰਦਗੀ ਦੇਵੇ, ਦੇਵਨ ਵਾਲਾ ਜ਼ਿੰਦਗੀ ਦੇਵੇ, ਨਾ ਮਾਪਿਆਂ ਬਿਨ ਕੋਈ ਚਾਰਾ, ਸੇਵਾ ਕਰ ਲਓ ਮਾਪਿਆਂ ਦੀ, ਤੁਹਾਡੇ ਘਰ ਵਿੱਚ ਗੁਰੂ ਦਵਾਰਾ, ਸੇਵਾ ਕਰ ਲਓ ਮਾਪਿਆਂ ਦੀ, ਤੁਹਾਡੇ ਘਰ ਵਿੱਚ ਗੁਰੂ ਦਵਾਰਾ, ਸੇਵਾ ਮਾਪਿਆਂ ਦੀ ਪੂਜਾ ਰੱਬ ਦੀ, ਸੋਭਾ ਜਿੰਦਰਾ ਮਿਲਦੀ ਜੱਗ ਦੀ, ਸੇਵਾ ਮਾਪਿਆਂ ਦੀ ਪੂਜਾ ਰੱਬ ਦੀ, ਸੋਭਾ ਜਿੰਦਰਾ ਮਿਲਦੀ ਜੱਗ ਦੀ, ਸਭ ਕੁਝ ਮਿਲਦਾ ਵਿੱਚ ਬਜ਼ਾਰੀ, ਸਭ ਕੁਝ ਮਿਲਦਾ ਵਿੱਚ ਮਜ਼ਾਰੀ, ਨਾ ਮਾਪੇ ਮਿਲਣ ਦੁਬਾਰਾ, ਸੇਵਾ ਕਰ ਲਓ ਮਾਪਿਆਂ ਦੀ, ਤੁਹਾਡੇ ਘਰ ਵਿੱਚ ਗੁਰੂ ਦੁਬਾਰਾ, ਸੇਵਾ ਕਰ ਲਓ ਮਾਪਿਆਂ ਦੀ, ਤੁਹਾਡੇ ਘਰ ਵਿੱਚ ਗੁਰੂ ਦੁਬਾਰਾ। ਵਾਹ ਜੀ ਵਾਹ ਸਰ, ਲਿਟਰਲੀ ਸਰ ਮੇਰੇ ਗੂਸ ਬੰਪਸ ਖੜੇ ਹੋ ਰਹੇ ਨੇ ਇੱਥੇ ਜਦੋਂ ਮੈਂ ਤੁਹਾਡਾ ਗਾਣਾ ਸੁਣ ਰਿਹਾ, ਤੇ ਬਹੁਤ ਹੀ ਪਿਆਰਾ ਸਰ, ਇਹ ਮੈਸੇਜ ਬਹੁਤ ਸੋਹਣਾ, ਤੇ ਬਸ ਇਹਨੂੰ ਆਫੀਸ਼ੀਅਲੀ ਮੈਂ ਕਹਿੰਦਾ ਵੀ ਹੁਣ ਕਰ ਦੋ ਫਟਾਫਟ। ਮੈਂ ਕਹਿੰਦਾ ਨਾ ਯਾਰ ਵੀ ਜਿਹੜੇ ਬੱਚੇ ਨੇ ਆਪਣੀ ਮਾਂ ਪਿਓ ਦੀ ਇੱਜ਼ਤ ਨਹੀਂ ਕੀਤੀ ਉਹਨੂੰ ਦੁਨੀਆਂ ਚ ਕੀ ਮਿਲੂਗਾ,
सतगुरु का हुक्म है तो सब का सत्कार करो। तो मैं एक गल हो मैं गैरी जी करना चाहना जे बच्चे आ रहे नवे ना बहुत वधिया कई हम मैं वेखे कोई गा रहा उन्होंने की गाना आता यार उन्होंने की आना यार डिसकरेज ना करो वो गा रहा कोशिश कर रहा गलत कामों लखदर्जी कर रहा ना बार पुठे काम किन्ने हो रहे वो लखदर्जी कर रहा ना एक गीत कडूगा दो गीत कडूगा तीन यार ठीक हो जाएगा है ना। इस करके सारे इनकरेज करो सारे सपोर्ट करो मेरे वीरों तुम जो देख रहे हैं सारे सपोर्ट करो तो यह नहीं अजकल तो कोई जना खाना उठ गया ना को पता होंगे नहीं तो फेसबुक एवं कॉमेंट करते हैं गाला करते हैं छोड़ो यार काम सीधी गल है पॉजिटिव सोच रखो एक दूसरे को जलसी ना करिए पहला अपनी नीत को साफ करिए भावे अगले की नीत बदनीत हो जी तो मतलब बेनती है मेरी बाकी जिद करनी तो अपनी जिदा किसी ने सूत लगता उदा ही करनी असि तो चलो जो कहना असं कह ही देना। अच्छा सर मैं गल करना चाहता सी बड़े ही ना मतलब अपने जेडे थोड़ी एक इमेज हैगी बहुत बबाक हैगी भी तुसी अपनी हरेक गल नू मतलब बिल्कुल पॉइंट टू पॉइंट रखते हो तो अगर मैं गल करा सर जिवें अजकल गाना आया सीगा अ पार्ट ऑफ कॉन्ट्रोवर्सी रणजीत बाबा ने गाना कढ़िया सीगा सर अपना मेरा की कसूर ते थोड़े हिसाब नाल अगर आपां कॉन्ट्रोवर्सी की गल ना करिए तो गाना इदां दा इंडस्ट्री दे विच आउणा चाहीदा अगे कि नहीं आउणा चाहीदा। देखो गैरी साहब गल इदां आ कुछ गल सच आपले नहीं कह सकते हैं तो कह भी सकते हैं। देखो हम मैं ऐसी गल करा भी कवालियां जिड़िया नसरत फतेह अली खान साहब ने गई जो भी जी गाँव कवालियां वो रब न मुखातब लिखिया है ना तो आप इश्क न भी लाने लोग हम दूजे पास इश्क न लाई जाते हैं ना गल तो थोड़ी अपनी थिंकिंग की है थोड़ा कि सोच है थोड़ी कि समझ आ उस चीज न कितने लेके जाने है ना। सो गल अपने इंडिविजुअल की सोच आ हुण तो शायरी का मैदान है ना जिहड़े अजकल दे गीत बड़ा ग्राफ लो कर दिता कितने कितने किदां दे गीत आंदे सीगे है ना असीं भी कोशिश की भी जिन्हें भी गीत गाण जरा वजनदार होण भावे चिट्ठी लंडन लिखदा तारा भावे जट लंडन पहुंच गया हुण कोई चिट्ठियां भावे भंगड़े वाले होण लेकिन कोई सवाल तो आवे विचों यार हाँ जी चित करे सजना के वेहड़े फुल वर्ग के लग जाए बज दिन खुशियां का नानका मेल हरेक ब्याह शादियां बजते तो सू बड़ी खुशी है काफी साल हो गए हैं जो भी किसी को मिली रहा कहता यार असं फर्स्ट डांस तेरे वादा तेरे नाल ते कीता सीगा या अज दिन खुशियां का या नानका मेल मेरे ब्याह च बजिया सीगा डीजियां ते उस खुशी होंगी क्योंकि गीत कुछ यादगारी काम किया। हाँ जी सच झूठ तुसीं उहने गल कीती तां साडा इक सैगमेंट भी हैगा शो दा जिस दे विच मैं थोड़े तो सच झूठ पुछना है कुछ मैं सवाल पुछूंगा तुसीं उहदा दसना की इह सच है कि झूठ है ਤੇ ਉਹਨੂੰ ਵੈਸਟ ਸਾਈਡ ਨਾਲ ਉਹਨੂੰ ਕਰ ਦਿੱਤੀ ਈਸਟ ਸਾਈਡ ਨਾਲ ਉਹਨੂੰ ਕਰ ਦਿੱਤੀ ਤੇ ਮੈਂ ਕਿਹਾ ਆਪਣੇ ਚ ਨਹੀਂ ਤਾਂ ਚੰਗੀ ਗੱਲ ਹੈ ਮੈਂ ਕਿਸ ਤਰ੍ਹਾਂ ਨੇ ਵਿੱਚ ਗਾਣਾ ਤੇ ਮੈਂ ਕੀਤਾ ਫਿਰ ਵਾਲਾ ਵਿੱਚ ਨਾ ਚੀਰ ਕੁਨੇ ਸਰ ਦਿਲ ਤੇ ਫੇਰੇ ਤੀਰ ਕੁਨੇ ਤੂੰ ਸਾਡੀ ਇਹ ਤਕਦੀਰ ਕੁਨੇ ਤੇਰੀ ਅੱਖੀਆਂ ਵਿੱਚ ਤਵੀਰ ਕੁਨੇ ਸਰ ਸੋਹਣੀ ਬਣ ਤੇ ਹੀਰ ਕੁਨੇ ਸਰ ਤੇਰੇ ਨਾਲ ਹੋ ਗਿਆ ਪਿਆਰ ਜਦੋਂ ਅੱਖ ਮਟਕਾਂ ਵਿੱਚ ਸਾਨੂੰ ਸੋਹਣੀ ਲੱਗਦੀ ਇਹ ਚੀਜ਼ ਫਿਰ ਮੇਰੇ ਦਿਮਾਗ ਚ ਆਈ ਵੀ ਆਪਣਾ ਅਲੱਗ ਕੁਛ ਰਸਤਾ ਬਣਾਈਏ ਕੋਈ ਸਵਾਦ ਵੀ ਆਵੇ ਤੇ ਗੱਲਬਾਤ ਵੀ ਬਣੇ। ਅਮਰਜੀਤ ਸਿੰਘ ਮੂਸਾ ਪਰੀ ਮੇਰੇ ਵੱਡੇ ਵੀਰ ਨੇ ਲਿਖਿਆ ਸੋ ਇਹ ਸੀਗਾ ਰੈਪਸਟਾਲ। ਹਾਂਜੀ ਤੇ ਇਸ ਤੋਂ ਬਾਅਦ ਵੀ ਮੈਂ ਸੋਹਣੀ ਲੱਗਦੀ ਨੰਬਰ 2 ਵੀ ਦੱਸਣਾ ਚਾਹਨਾ ਵੀ ਉਹ ਬਹੁਤ ਜਲਦੀ ਰਿਲੀਜ਼ ਹੋ ਰਿਹਾ ਇਸ ਗੀਤ ਤੋਂ ਬਾਅਦ 2 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਉਹ ਲੈ ਕੇ ਆ ਰਿਹਾ ਤੇ ਉਹਦੇ 'ਚ ਵੀ ਬਹੁਤ ਖਤਰਨਾਕ ਰੈਪ ਕੀਤਾ ਤੁਸੀਂ ਪਸੰਦ ਕਰੋਗੇ ਆਸ ਆ। ਤੇ ਮੈਂ ਪੁੱਛਣ ਹੀ ਵਾਲਾ ਸੀ ਤੁਹਾਡੇ ਤੋਂ ਇਸ ਗਾਣੇ ਬਾਰੇ ਕਿ ਸੈਕਿੰਡ ਪਾਰਟ ਕਦੋਂ ਕੱਢ ਰਹੇ ਜਦੋਂ ਤੁਸੀਂ ਇਹਦਾ ਅਨਾਊਂਸਮੈਂਟ ਕਰ ਰਹੇ ਮਤਲਬ ਐਕਸਕਲੂਸਿਵ ਅਨਾਊਂਸਮੈਂਟ ਹੋ ਚੁੱਕੀ ਹੈ ਜੀ 2 ਬਹੁਤ ਜਲਦੀ ਆ ਰਿਹਾ ਸੋਹਣੀ ਲੱਗਦੀ ਦਾ ਪਾਰਟ। ਮੇਰਾ ਕੁਐਸਚਨ ਮੇਰਾ ਇਹ ਹੈ ਤੁਹਾਡੇ ਤੋਂ ਕਿ ਆਫ ਕੈਮਰਾ ਮੈਂ ਸੁਣਿਆ ਹੈ ਕਿ ਸੁਖੀ ਸਾਹਿਬ ਤੁਸੀਂ ਬਹੁਤ ਜ਼ਿਆਦਾ ਸ਼ਰਾਰਤੀ ਹੋ ਇਹ ਸੱਚ ਹੈ ਕਿ ਝੂਠ ਹੈ? ਨਹੀਂ ਜੋ ਹੈਗਾ ਉੱਥੇ ਹੀ ਹੈ ਮਹਾਰਾਜ ਜੋ ਕਿਸੇ ਨੂੰ ਵੀ ਪੁੱਛ ਲਓ ਜੋ ਹੋਣਾ ਨਾ ਉਹੀ ਹੈ ਬਾਸ ਕੋਈ ਸ਼ਰਾਰਤ ਨਹੀਂ ਜੀ ਜਿੱਦਾਂ ਹੋਣਾ ਕਿਤੇ ਵੀ ਪੁੱਛ ਲਈ ਮਹਾਰਾਜ ਜਾਂ ਕਿਤੇ ਵੀ ਵੇਖ ਲਈ ਗੈਰੀ ਸਾਹਿਬ ਤੇ ਮਾਲਕ ਦੀ ਹੈ ਜੋ ਤੁਹਾਡੇ ਅਸਲੀਅਤ ਦੇ ਵਿੱਚ ਰਹੇ ਮੈਨੂੰ ਪਤਾ ਹੈ ਸ਼ੋਅ ਬਿਜ਼ਨਸ ਹੈ ਗਲੈਮਰ ਹੈ ਕਰਨਾ ਪੈਂਦਾ ਕੀ ਗੈਰੀ ਹਾਂਜੀ ਲੇਕਿਨ ਇੰਨਾ ਵੀ ਨਾ ਗਲੈਮਰ ਕਹੋ ਨਾ ਕਿਉਂਕਿ ਦੇਖੋ ਇੱਕ ਨੰਬਰ ਤੋਂ ਬਾਅਦ ਜਿਹੜਾ ਨਾ ਨੰਬਰ ਉਹ ਖਤਰਨਾਕ ਹੀ ਆ ਤੇ ਪਹਿਲਾਂ ਤੁਸੀਂ ਠੀਕ ਰਹੋ ਇੱਕ ਨੰਬਰ ਬਾਅਦ ਤਾਂ 2 ਵਾਲਾ 3-4 ਤੇ ਮੈਂ ਕਹਿੰਦਾ ਵੀ ਤੁਸੀਂ ਆਪਣੇ ਟਿਕਾਣੇ ਦੇ ਪਹਿਲਾਂ ਰਹੋ ਤੇ ਨਿਮ ਕੇ ਚੱਲੋ ਬਾਕੀ ਜੋ ਕਰਮਾਂ 'ਚ ਉਹ ਮਿਲੀ ਜਾਣਾ ਕੋਈ ਕਿਸੇ ਨੂੰ ਖਾ ਨਹੀਂ ਸਕਦਾ ਕੋਈ ਕਿਸੇ ਦਾ। ਹਾਂਜੀ ਕੋਈ ਕਹਿ ਦਿੰਦੇ ਵੀ ਤੂੰ ਫਲਾਨੇ ਨੂੰ ਬਣਾਇਆ ਮੈਂ ਕਿਹਾ ਮੈਂ ਕਿਸੇ ਨੂੰ ਬਣਾਉਣ ਵਾਲਾ ਸਤਿਗੁਰੂ ਬਣਾਉਣ ਵਾਲਾ ਹਰੇਕ ਦੇ ਕਰਮ ਆ ਇੱਕ ਟੀਮ ਵਰਕ ਹੁੰਦਾ ਆ। ਹਾਂਜੀ
ਜੋ ਕਿਸੇ ਨੂੰ ਮਿਲਣਾ ਉਹ ਮਿਲੀ ਜਾਂਦਾ। ਹੁਣ ਤੁਸੀਂ ਇਹ ਦੇਖੋ ਗੈਰੀ ਸਾਹਿਬ ਮਾਫ ਕਰਨਾ, ਕਈ ਬੰਦੇ ਇੰਨੇ ਰਿਆਜ਼ ਕਰਦੇ ਆ ਨਾ, ਅਸੀਂ ਵੇਖੇ 8-8 ਘੰਟੇ ਰਿਆਜ਼ ਹੀ ਬੰਦੇ, ਭਾਵੇਂ ਸਾਜ ਦਾ ਦੇ ਭਾਵੇਂ ਗਾ ਰਿਹਾ, ਇੱਕ ਬੰਦੇ ਨੇ ਕਦੇ ਸਿੱਖਿਆ ਨੀ ਕਿਸੇ ਕੋਲ ਤੇ ਉਹ ਚੱਕ ਕੇ ਹੇਕ ਲਾ ਲੈਂਦਾ, ਸਟਾਰ ਬਣ ਜਾਂਦਾ। ਇਹ ਸਿਰਫ ਕਰਮਾਂ ਦੀ ਗੱਲ ਹੈ, ਉਹਨੂੰ ਵੀ ਨੀ ਗਲਤ ਕਹਿ ਸਕਦੇ, ਉਹਨੂੰ ਵੀ ਨੀ ਗਲਤ ਸਕਦੇ। ਹਰ ਕਿਸੇ ਦੇ ਭਾਗ ਵਿੱਚ ਨਹੀਂ ਹੁੰਦੀਆਂ ਦੌਲਤਾਂ ਫਨਕਾਰੀਆਂ ਮਸ਼ਹੂਰੀਆਂ, ਔਖੀਆਂ ਇਮਿਟਦੀਆਂ ਪੈ ਜਾਣ ਜੇ ਆਦਤਾਂ ਪਗਡੰਡੀਆਂ ਦਿਲ ਦੂਰੀਆਂ। ਸੋ ਜਿਹਨਾਂ ਦੇ ਕਰਮਾਂ ਚ ਉਹਨੂੰ ਮਿਲਣਾ, ਅਸੀਂ ਕਹਿੰਦੇ ਯਾਰ ਉਹ ਬੰਦਾ ਇੰਨਾ ਵਧੀਆ ਗਾਉਂਦਾ, ਇੰਨਾ ਰਿਆਜ਼ ਕੀਤਾ ਤੇ ਉੱਥੇ ਮਿਲ ਨੀ ਸਕਿਆ ਜੋ ਉਹਨੂੰ ਮਿਲਣਾ ਚਾਹੀਦਾ, ਲੇਕਿਨ ਉਹਦੇ ਕਰਮਾਂ ਚ ਨਹੀਂ ਸੀਗਾ, ਸਤਿਗੁਰ ਦਾ ਹੁਕਮ ਆ। ਤੇ ਇੱਕ ਬੰਦਾ ਯਾਰ ਉਹਨੂੰ ਤੇ ਬਸ ਦਿਲ ਤੇ ਕੁੱਕੜ ਦਾ ਨੀ ਪਤਾ ਤੇ ਉਹ ਸੁਪਰ ਸਟਾਰ ਬਣ ਗਿਆ, ਉਹਦੇ ਵਿੱਚ ਕਰਮਾ ਸੀਗਾ ਪਿਛਲੇ ਜਨਮ ਚ ਕੋਈ ਵਧੀਆ ਕੀਤਾ ਹੋਣਾ, ਉਹਨੂੰ ਵੀ ਨੀ ਆਪਾਂ ਗਲਤ ਕਹਿ ਸਕਦੇ। ਸੋ ਇਹ ਮੇਰੀ ਫਿਲਸਫੀ ਆ, ਬਾਕੀ ਸੋਚ ਹੈ ਬਾਬਾ ਜੀ। ਇੱਥੇ ਜੀ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਸਰ ਕਿਤੇ ਨਾ ਜਾਇਓ, ਅਸੀਂ ਵੀ ਇੱਥੇ ਆ, ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ, ਸ਼ੋ ਚੱਲ ਰਿਹਾ ਦਾ ਲਾਈਮ ਲਾਈਟ ਤੇ, ਅੱਜ ਲਾਈਮ ਲਾਈਟ ਦੇ ਵਿੱਚ ਮੇਰੇ ਨਾਲ ਮੌਜੂਦ ਹੈ ਜੀ ਸੁਖਸ਼ਿੰਦਰ ਸ਼ਿੰਦਾ ਸਰ। ਸਰ ਕੀ ਹਾਲ ਚਾਲ ਨੇ, ਬਹੁਤ ਬਹੁਤ ਸਵਾਗਤ ਹੈ ਦੁਬਾਰਾ ਤੋਂ ਸਾਡੇ ਸ਼ੋ ਦੇ ਵਿੱਚ। ਥੈਂਕ ਯੂ ਗੈਰੀ ਜੀ, ਥੈਂਕ ਯੂ ਦੂਸਰੇ ਭਾਗ ਦੇ ਵਿੱਚ ਮਹਾਰਾਜ, ਬਹੁਤ ਮਿਹਰਬਾਨੀ ਤੁਹਾਡਾ, ਤੁਸੀਂ ਅਸੀਂ ਯਾਦ ਕੀਤਾ ਇਸ ਖਾਕਸਾਰ ਨੂੰ, ਧੰਨਵਾਦ ਤੁਹਾਡਾ ਮਹਾਰਾਜ ਜੀ। ਤੇ ਸਰ ਪਹਿਲਾਂ ਅਸੀਂ ਗੱਲ ਕੀਤੀ ਸੱਚ ਝੂਠ ਦੀ, ਤੇ ਹੁਣ ਮੈਂ ਕਹਿੰਦਾ ਕਿ ਤੁਹਾਡੇ ਨਾਲ ਇੱਕ ਰੈਪਿਡ ਫਾਇਰ ਰਾਊਂਡ ਵੀ ਖੇਲਿਆ ਜਾਵੇ, ਤੇ ਮੈਂ ਕੁਝ ਸਵਾਲ ਪੁੱਛੂਗਾ, ਤੁਸੀਂ ਫਟਾਫਟ ਮੈਨੂੰ ਉਹਦਾ ਆਨਸਰ ਦੇ ਦੇਣਾ, ਜੇ ਤੁਸੀਂ ਰੀਜ਼ਨ ਦੱਸਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ, ਇਟਸ ਅਪ ਟੂ ਯੂ ਸਰ। ਜ਼ਰੂਰ ਜੀ, ਆਉਣ ਦਿਓ। ਤੇ ਸਰ ਪਹਿਲਾ ਕੁਐਸਚਨ ਇਹ ਹੈਗਾ ਕਿ ਕਦੇ ਕਿਸੇ ਫੈਨ ਨੇ ਤੁਹਾਨੂੰ ਆ ਕੇ ਕਿਹਾ ਹੋਵੇ ਕਿ ਬਾਈ ਸੁਖਸ਼ਿੰਦਰ ਸ਼ਿੰਦਾ ਸਰ ਕਿੱਥੇ ਨੇ, ਮੈਂ ਉਹਨਾਂ ਨਾਲ ਫੋਟੋ ਖਿਚਾਣੀ ਆ, ਪਰ ਉਹਨੂੰ ਇਹ ਨੀ ਪਤਾ ਕਿ ਤੁਸੀਂ ਹੀ ਹੋ, ਕਦੇ ਹੋਇਆ ਇੱਦਾਂ ਤੇ ਤੁਸੀਂ ਉਹਨੂੰ ਕਿਤੇ ਹੋਰ ਭੇਜ ਦਿੱਤਾ ਹੋਵੇ? ਨਹੀਂ, ਏਦਾਂ ਮੈਂ ਤੁਹਾਨੂੰ ਦੱਸਾਂ ਗੱਲ ਹੋਈ ਆ। ਇੱਕ ਵਾਰੀ ਹੈ ਨਾ, ਮੈਂ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਕਰੀਦੇ ਨਾ, ਪਹਿਲਾਂ ਸੂਟ ਪਾ ਕੇ ਕਰੀਦੇ, ਸੈਕੰਡ ਹਾਫ ਦੇ ਵਿੱਚ ਕੁਰਤਾ ਚਾਦਰਾ, ਠੀਕ ਆ। ਤੇ ਮੈਂ ਉੱਥੇ ਚੇਂਜਿੰਗ ਰੂਮ ਬਾਹਰ ਸੀਗਾ, ਤੇ ਜੁੱਤੀ ਮੈਂ ਲਾਲ ਕੁੜਤਾ ਨਾ ਤੇ ਲਾਲ ਪੱਗ, ਤੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਗਰ ਬਲਵਿੰਦਰ ਸਫਰੀ ਜੀ, ਉਹ ਵੀ ਲਾਲ ਪੱਗ ਬੰਨਦੇ ਹੈ ਨਾ, ਤੇ ਉਹ ਮੈਨੂੰ ਕਹਿੰਦਾ ਆ ਕੇ ਕੋਈ ਸਿਕਾਰ, ਜਦੋਂ ਮੈਂ ਜਾਣ ਲੱਗਿਆ ਮੈਨੂੰ ਕਹਿੰਦਾ ਬਲਵਿੰਦਰ ਸਫਰੀ, ਤੇ ਮੈਂ ਕਿਹਾ ਨਹੀਂ ਅਵਤਾਰ ਸਫਰੀ, ਅਵਤਾਰ ਸਫਰੀ ਉਹਦਾ ਭਰਾ ਆ, ਮੈਂ ਕਿਹਾ ਬਲਵਿੰਦਰ ਸਫਰੀ ਨਹੀਂ, ਮੈਂ ਅਵਤਾਰ ਸਫਰੀ ਆ। ਬਲਵੀਰ ਬੋਪਰ ਆਈ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ, ਮਹਾਨ ਰਾਈਟਰ ਤੇ ਸਿੰਗਰ, ਤੇ ਬੋਪਰ ਆਈ ਜੀ ਵੀ ਉੱਥੇ ਆਏ ਸਾਡੇ ਬਹੁਤ ਪ੍ਰੇਮ ਉਹਦੇ ਨਾਲ, ਤੇ ਉਹਦੇ ਨਾਲ ਕੋਈ ਬੰਦਾ ਬੈਠਾ ਸੀਗਾ, ਠੀਕ ਹੈ, ਗਲਾਸੀਆਂ ਪੀਤੀਆਂ ਕਾਫੀ, ਉਹ ਬਜ਼ੁਰਗ ਸੀਗਾ, ਪ੍ਰੋਗਰਾਮ ਚੱਲਣ ਡਿਆ ਬੜਾ ਵਧੀਆ। ਉਹ ਬਲਵੀਰ ਨੂੰ ਕਹਿੰਦਾ ਉਹਦੇ ਕੰਨ ਚ, ਕਹਿੰਦਾ ਯਾਰ ਇਹ ਮਲਕੀਤ ਸਿੰਘ ਕਹਿੰਦਾ ਹਜੇ ਲੰਡਨ ਰਹਿੰਦਾ, ਉਹ ਕਹਿੰਦਾ ਮਲਕੀਤ ਸਿੰਘ ਹਜੇ ਲੰਡਨ ਹੀ ਰਹਿੰਦਾ, ਕਹਿੰਦਾ ਮਿਊਜ਼ਿਕ ਬਣਾਉਣਾ ਜ਼ਿਆਦਾ ਪਸੰਦ ਹੈ ਕਿ ਉਹਨੂੰ ਗਾਉਣਾ ਜ਼ਿਆਦਾ ਪਸੰਦ ਹੈ? ਗੱਲ ਇਹ ਆ ਵੀ ਜਿਹੜਾ ਮਿਊਜ਼ਿਕ ਬਣਾਉਣਾ ਉਹ ਚੀਜ਼ ਹੋ ਰਿਹਾ, ਉਹ ਮਤਲਬ ਬੜਾ ਦਿਲ ਨੂੰ, ਹੁਣ ਅਸੀਂ ਜਦੋਂ ਮਿਊਜ਼ਿਕ ਤਿਆਰ ਕਰੀਦੇ, ਹੁਣ ਤੇ ਚਲੋ ਬਿਜ਼ੀ ਹੁੰਦਾ ਪ੍ਰੋਗਰਾਮ, ਹੁਣ ਤੇ ਇੱਕ ਗੀਤ ਦੀ ਗੇਮ ਰਹਿ ਗਈ, ਉਹ ਗੱਲ ਹੀ ਨੀ ਰਹੀ ਹੈ ਨਾ ਮਿਊਜ਼ਿਕ ਦੀ, ਸੱਚ ਤੈਨੂੰ ਦੱਸਾਂ ਜਿਹੜਾ ਮਿਊਜ਼ਿਕ ਉਦੋਂ ਕੰਪੋਜ਼ ਕਰਨਾ, ਹੁਣ ਤੇ ਗੱਲ ਕੀ ਆ ਵੀ ਕੋਈ ਜਿਹੜਾ ਸਿੰਗਰ ਆ ਉਹ ਜਾਂਦਾ ਰਾਈਟਰ ਕੋਲ, ਰਾਈਟਰ ਉਹਨੂੰ ਗਾ ਕੇ ਟਿਊਨ ਦੱਸਦਾ, ਉਹ ਟਿਊਨ ਲੈ ਕੇ ਜੀ ਉਹ ਫਿਰ ਕਿਸੇ ਮਿਊਜ਼ਿਕ ਆਪਣੇ ਪ੍ਰੋਗਰਾਮਰ ਕੋਲ ਜਾਂਦਾ, ਯਾਰ ਵੀ ਮੇਰਾ ਗੀਤ ਬਣਾ ਦਿਓ, ਉਦੋਂ ਤੈਨੂੰ ਲਫ਼ਜ਼ ਲੈ ਕੇ ਵੀ ਟਿਊਨ ਬਣਾਉਣੀ ਆ, ਟਿਊਨ ਬਣਾਉਣੀ ਕਹਿੰਦਾ ਗਾਣਾ, ਮੈਂ ਗਾਣਾ ਅਮਰਿੰਦਰ ਗਿੱਲ ਭਾਈ ਨੇ ਗਾਣਾ, ਹਰਭਜਨ ਸਿੰਘ ਨੇ, ਹਰਭਜਨ ਪਰਮਾਨ ਨੇ ਜੀ ਨੇ ਗਾਣਾ, ਨਛੱਤਰ ਗਿੱਲ ਭਾਈ ਨੇ ਗਾਣਾ, ਜੈਜੀ ਪੀ ਨੇ ਗਾਣਾ, ਏ ਐਸ ਕਾਂਕਿਆ ਨੇ ਗਾਣਾ, ਉਸ ਹਿਸਾਬ ਨਾਲ ਫਿਰ ਟਿਊਨ ਬਣ ਰਹੀਆਂ ਨਾ ਵੀ ਬੰਦਾ ਕੌਣ ਆ। ਔਰ ਹਰੇਕ ਟੀਕਾ ਹਰੇਕ ਨੂੰ ਨੀ ਲੱਗਦਾ ਹੁੰਦਾ, ਮਾਫ਼ ਕਰਨਾ ਹਾਂਜੀ, ਜੇ ਹਰੇਕ ਟੀਕਾ ਨਾ ਹਰੇਕ ਨੂੰ ਲਾਈ ਜਾਓ ਉਹਨੇ ਦਾ ਪ੍ਰੋਬਲਮ ਹੈ, ਮਹਾਰਾਜ ਮੁਸੀਬਤ ਆ। ਸੋ ਇਸ ਕਰਕੇ ਉਸ ਹਿਸਾਬ ਨਾਲ ਅਸੀਂ ਜਦੋਂ ਵੀ ਕਿਸੇ ਸਿੰਗਰ ਨਾਲ ਕੰਮ ਕੀਤਾ ਉਹਦੇ ਹਿਸਾਬ ਨਾਲ ਕੰਮ ਕੀਤਾ ਯਾਰ। ਮੈਂ ਭਾਜੀ ਵੀਰ ਜੀ ਮਾਲਕ ਤੋਂ ਡਰ ਕੇ ਕਹਿੰਦਾ ਪਹਿਲਾਂ, ਚਲੋ ਅਸੀਂ ਵੀ ਆਪਣਾ ਮਜ਼ਾ ਲਿਆ ਕੰਮ ਤੋਂ ਤੇ ਉਹਦੀ ਵੀ ਤਸੱਲੀ ਕਰਾਈ ਵੀ ਬਾਈ ਖੁਸ਼ ਆ, ਇਹ ਤੇਰੇ ਬੱਚਿਆਂ ਨੇ ਵੀ ਸੁਣਨਾ ਤੇਰਾ ਗੀਤ, ਤੇਰੇ ਗਾਂ ਉਹਨਾਂ ਦੇ ਬੱਚਿਆਂ ਨੇ ਵੀ ਸੁਣਨਾ, ਢਿੱਡੋਂ ਖੁਸ਼ ਆ ਵੀ ਤੈਨੂੰ ਮਜ਼ਾ ਆਇਆ। ਹਾਂਜੀ
ਬਹੁਤ ਮਜ਼ਾ ਆਇਆ। ਫਿਰ ਆਪਾਂ ਕਿ ਕੰਪਨੀ ਨੂੰ ਮੈਂ ਕਿਹਾ ਭੇਜੋ, ਕੰਪਨੀ ਤੋਂ ਬਾਅਦ ਚ ਆਉਂਦੀ ਆ, ਪਹਿਲਾਂ ਭਰਾ ਤੇਰੀ ਤਸੱਲੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮਤਲਬ ਕੰਮ ਮਾਲਕ ਦੀ ਕਿਰਪਾ ਨਾਲ ਕੀਤਾ ਤੇ ਕਰ ਰਹੇ ਹਾਂ। ਤੇ ਸਰ ਤੀਜਾ ਮੇਰਾ ਕੁਐਸਚਨ ਹੈ ਕਿ ਤੁਸੀਂ ਕਾਫੀ ਸਾਰੇ ਸਿੰਗਰ ਦੇ ਨਾਲ ਕੋਲੈਬੋਰੇਟ ਕਰਕੇ ਕੰਮ ਕੀਤਾ, ਸਭ ਤੋਂ ਵਧੀਆ ਕੰਮ ਤੁਸੀਂ ਅੱਜ ਤੱਕ ਕਿਹੜਾ ਤੁਹਾਨੂੰ ਲੱਗਿਆ ਵੀ ਯਾਰ ਹਾਂ ਇਹ ਸਿੰਗਰ ਨਾਲ ਮਜ਼ਾ ਆ ਗਿਆ ਕੰਮ ਕਰਕੇ? ਵੀਰ ਜੀ ਸਾਰਿਆਂ ਨਾਲ ਮਜ਼ਾ ਲਿਆ ਮਹਾਰਾਜ, ਮੇਰੀ ਰਿਲੇਸ਼ਨਸ਼ਿਪ ਸਾਰਿਆਂ ਨਾਲ ਠੀਕ ਰਹੇ, ਬੜੇ ਅੱਛੇ ਮਹਾਰਾਜ। ਕਈ ਮਹਾਨ ਸਿੰਗਰ ਵੱਡੇ ਵੱਡੇ ਉਹਨਾਂ ਤੋਂ ਸਿੱਖਿਆ ਵੀ ਅਸੀਂ ਬਹੁਤ, ਕਿ ਆਪਣੀ ਦਿਨ ਜਿੰਦ ਨਾਲ ਜਾਨ ਵੀ ਲਾਈ ਆ, ਦਿਲ ਆਪਣਾ ਪੰਜਾਬੀ, ਸ਼ਹੀਦ ਊਧਮ ਸਿੰਘ, ਹੋਰ ਵੀ ਜਿਹੜੇ ਫਿਲਮਾਂ ਚ ਨਾ ਇੱਕ ਕੁੜੀ ਪੰਜਾਬ ਦੀ, ਤੇ ਫਿਲਮਾਂ ਚ ਵੀ ਕੰਮ ਕੀਤਾ ਤੇ ਹੋਰ ਵੀ ਕੀਤਾ। ਤੇ ਮਹਾਨ ਲੈਜੈਂਡ ਗੁਰਦਾਸ ਮਾਨ ਜੀ ਨੇ ਜਿਹੜਾ ਗੀਤ ਬਣਾਇਆ ਸੀਗਾ ਨਾ, ਉਹ ਇੱਕ ਮੇਰੇ ਜ਼ਿੰਦਗੀ ਦਾ ਇੱਕ ਸਿਰਕਟ, ਮੈਂ ਕਹੂੰਗਾ ਵੀ ਮੇਰੇ ਅਚੀਵਮੈਂਟ ਹੈ ਜ਼ਿੰਦਗੀ ਚ। ਤੇ ਜਿਹੜਾ ਗੁਰਦਾਸ ਮਾਨ ਜੀ ਇਸ ਬੱਚੇ ਨੂੰ ਆਸ਼ੀਰਵਾਦ ਦਿੱਤਾ, ਉਹਨਾਂ ਨੇ ਅਬਰਾਰੁਲ ਹੱਕ ਜੀ ਸਾਡੇ ਵੀਰ ਪਾਕਿਸਤਾਨ ਤੋਂ, ਉਹ ਐਸਾ ਕੰਪਟੀਸ਼ਨ ਬਣਿਆ ਸੀਗਾ ਵੀ UK ਇੰਡੀਆ ਪਾਕਿਸਤਾਨ ਦੇ ਵਿੱਚ ਉਹ ਸਾਰੇ ਵਰਲਡ ਤੱਕ ਹਜੇ ਐਸੀ ਕੋਈ ਚੀਜ਼ ਕੁਦਰਤੀ ਬਣ ਗਈ, ਤੇ ਮਾਲਕ ਦੀ ਕਿਰਪਾ ਨਾਲ ਉਹ ਲੋਕੀ ਹਜੇ ਵੀ ਵੀ ਤੂੰ ਰੰਗ ਦੇ ਲਿਆ ਚੁੰਨੀ ਨੂੰ ਮੁੱਟੇ ਆ ਰਹੇ ਨੀ ਮਿੱਤਰਾਂ ਦੀ ਪੱਗ ਵਰਗਾ, ਆਈ ਤੇਰੇ ਤੇ ਜਦੋਂ ਦੀ ਜਵਾਨੀ ਨੀ, ਨਿੱਤ ਕੱਢਦੀ ਹੈ ਨਵੀਂ ਛੇੜਖਾਨੀ ਨੀ, ਨਾ ਰੱਖੇ ਕਿਸੇ ਕੋਲੋਂ ਪਰਦਾ, ਤੂੰ ਰੰਗ ਦੇ ਲਿਆ ਚੁੰਨੀ ਨੂੰ ਮੁੱਟੇ ਆ ਰਹੇ ਨੀ ਮਿੱਤਰਾਂ ਦੀ ਪੱਗ ਵਰਗਾ, ਦੇ ਲਿਆ ਚੁੰਨੀ ਨੂੰ ਮੁੱਟੇ ਆ ਰਹੇ ਨੀ ਮਿੱਤਰਾਂ ਦੀ ਪੱਗ ਵਰਗਾ। ਵਾਹ ਜੀ ਵਾਹ ਸਰ, ਮੈਂ ਹਲੇ ਕਹਿਣ ਨੀ ਵਾਲਾ ਸੀ ਕਿ ਗਾਣਾ ਸੁਣਾ, ਤੁਸੀਂ ਪਹਿਲਾਂ ਹੀ ਸੁਣਾ ਦਿਆ, ਤੇ ਬਹੁਤ ਵਧੀਆ ਕੀਤਾ ਸਰ। ਥੈਂਕ ਯੂ ਸੋ ਮਚ ਸਰ, ਮਤਲਬ ਵੀ ਸਾਰਿਆਂ ਨਾਲ ਮਜ਼ਾ ਲਿਆ, ਮਿਊਜ਼ਿਕ ਦਾ ਮਜ਼ਾ ਲਿਆ, ਤੇ ਕੋਸ਼ਿਸ਼ ਕੀਤੀ ਹੈ ਇਮਾਨਦਾਰੀ ਨਾਲ ਕੰਮ ਕਰੀਏ, ਤੇ ਬਹੁਤ ਵਧੀਆ। ਹੁਣ ਕੋਈ ਕਹਿ ਦਿੰਦੇ ਹੁਣ ਫਿਰ ਤੂੰ ਮਿਊਜ਼ਿਕ ਘੱਟ ਕਰਦਾ, ਮੈਂ ਕਿਹਾ ਮੈਂ ਆਪ ਗਾਣ ਲੱਗ ਪੈਸਾ ਨਾ, ਟੇਪਾਂ CD ਚ ਕੰਮ ਉਹ ਨਹੀਂ ਕਰੀਦਾ ਸੀਗਾ ਜੋ ਸਾਲ ਚ ਹੁੰਦਾ ਸੀਗਾ ਨਾ, ਮੇਰੇ ਆਪਣੇ ਪ੍ਰੋਗਰਾਮ ਚੱਲਦੇ ਆ, ਜਿਵੇਂ ਮੇਰੀ ਆਪਣੀ CD ਹੁੰਦੀ ਸੀਗੀ, ਬਸ ਇਸ ਤਰ੍ਹਾਂ। ਫਿਰ ਬਾਕੀ ਦੇ ਵਿੱਚ ਸਿਸਟਮ ਹੁਣ ਚੇਂਜ ਹੀ ਹੋ ਗਿਆ ਕਿ ਗੀਤ ਹੁਣ ਸਾਰੇ ਕਿਸੇ ਤੋਂ ਵੀ ਗੱਲ ਤੇ ਕੰਪਿਊਟਰ ਤੇ ਰਹਿ ਗਈ, ਹੁਣ ਕੰਪਿਊਟਰ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਊਂਡ ਡਿਜ਼ਾਈਨ ਕਿੱਦਾਂ ਕਰਨਾ, ਉਹ ਮਿਊਜ਼ਿਕ ਕੰਪੋਜ਼ ਕਰਨ ਅਲੱਗ ਗਿਆ, ਉਦੋਂ ਲੰਬੇ ਲੰਬੇ ਮਿਊਜ਼ਿਕ ਦੇ ਪੀਸ ਆ, ਤਬਲੇ ਦੀ ਧਿਆਈ ਆ ਰਹੀ ਹੈ, ਇੱਥੇ ਢੋਲ ਦੀ ਐਂਟਰੀ ਰਹਿਣੀ ਹੈ, ਇੱਥੇ ਹਾਰਮੋਨੀਅਮ ਦਾ ਪੀਸ ਆਉਣਾ, ਦੋ ਵਾਰ ਦਾ, ਇੱਥੇ ਤੁੰਬੀ ਦਾ, ਕਹਿ ਰਹਾ ਸੀ ਮਜ਼ਾ ਚੁੱਕਾ ਮਹਾਰਾਜ ਕੰਮ ਕਰਨ ਦਾ। ਸਰ ਤੇ ਅਗਰ ਸਰ ਮੈਂ ਗੱਲ ਕਰਾਂ ਵੀ ਹੁਣ ਜਿਵੇਂ ਤੁਸੀਂ ਲੇਟੈਸਟ ਆਪਣਾ ਥ੍ਰਿਲ ਗਾਣਾ ਕੱਢਿਆ ਸੀਗਾ, ਤੇ ਆਉਣ ਵਾਲੇ ਪ੍ਰੋਜੈਕਟ ਦੇ ਵਿੱਚ ਸਾਨੂੰ ਤੁਸੀਂ ਕੀ ਕਰਕੇ ਦਿਖਾਓਗੇ, ਤੇ ਕਿਆ ਲੋਕਡਾਊਨ ਦੇ ਕਰਕੇ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਦੇ ਉੱਤੇ ਵੀ ਅਸਰ ਪਿਆ ਜਾਂ ਨਹੀਂ? ਉਹ ਚਲੋ ਸਾਰਿਆਂ ਨੂੰ ਪਿਆ, ਲੇਕਿਨ ਤੁਸੀਂ, ਮੈਂ ਫੇਰ ਵੀ ਮੈਂ ਤੁਹਾਨੂੰ ਦੱਸਿਆ ਫੇਸਬੁੱਕ ਤੇ ਐਸੀਆਂ ਮੈਂ ਚੀਜ਼ਾਂ ਪਾਈਆਂ, ਸੇਵਾ ਕਰ ਲਿਓ ਮਾਪਿਆਂ ਦੀ ਮਹਾਰਾਜ ਕੁਦਰਤ, ਹਨਾ, ਪ੍ਰੇ ਫੋਰ ਦਾ ਵਰਲਡ, ਸੋ ਬਹੁਤ ਸਾਰੀਆਂ ਗੀਤਾਂ ਮੈਂ ਗਾ ਗਾ ਕੇ ਸਾਜਾਂ ਦੇ ਨਾਲ, ਤੇ ਲੋਕੀ ਬਹੁਤ ਅਪਰੀਸ਼ੀਏਟ ਕਰਦੇ ਪਏ ਆ, ਤੁਸੀਂ ਜੋ ਮਰਜ਼ੀ ਕਰ ਸਕਦੇ ਆ, ਲੇਕਿਨ ਇਹ ਆ ਕੋਈ ਵੀਡੀਓਜ਼ ਵਗੈਰਾ ਨਹੀਂ ਬਣਾ ਸਕਦੇ ਹੁਣ ਕੰਟਰੋਲ, ਕਿਉਂਕਿ ਜਿਹੜੇ ਰੂਲਸ ਆ, ਰੂਲਸ ਐਂਡ ਰੈਗੂਲੇਸ਼ਨ, ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਆ। ਹੁਣ ਬੰਦਾ ਕਵੇ ਉਹ ਗਵਰਨਮੈਂਟ ਕਹਿੰਦੀ ਬਾਹਰ ਨਾ ਜਾਓ, ਤੁਸੀਂ ਐਵੇਂ ਘੁੰਮੀ ਜਾਓ, ਤੇ ਬੇਵਕੂਫੀ ਆ ਨਾ ਜੀ। ਗੈਰੀ ਸਾਹਿਬ, ਲੱਗੀ ਜੋ ਤੇਰੇ ਕਾਲਜ ਤੇ ਹਜੇ ਤੱਕ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਆ ਜੀ, ਮਾਫ਼ ਕਰਨਾ। ਇਸ ਕਰਕੇ ਤੁਸੀਂ ਆਪਣਾ ਵੀ ਨਾ ਦੇਖੋ, ਬੱਚਿਆਂ ਦਾ ਕਈ ਕੁਛ ਦੇਖਣਾ ਪੈਂਦਾ, ਕੋਈ ਬਜ਼ੁਰਗ ਦਾ ਯਾਰ ਉਹਨਾਂ ਨੂੰ ਜ਼ਿਆਦਾ ਲਾਗੇ, ਤੁਸੀਂ ਦੂਰ, ਹੁਣ ਸਾਡੇ ਕਈ ਬਜ਼ੁਰਗ ਅਸੀਂ ਨਹੀਂ ਜਾ ਸਕਦੇ ਦੂਰੋਂ, ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਬਿਹਤਰ ਇਹਦੇ ਚ ਆ, ਬਾਕੀ ਕੋਈ ਚੀਜ਼ ਚਾਹੀਦੀ ਤੇ ਦੱਸੋ, ਅਸੀਂ ਹਾਂਜੀ ਸੇਵਾ ਚ ਹਾਜ਼ਰ ਆ, ਤੇ ਇਹ ਗੱਲ ਆ। ਬਾਕੀ ਚਲੋ ਕਈ ਉੱਦਾਂ ਵੀ ਘੁੰਮੀ ਜਾਂਦੇ, ਲੇਕਿਨ ਮੈਂ ਕਹੂੰਗਾ ਪਲੀਜ਼ ਤੁਸੀਂ ਆਪਣਾ ਸੇਫਟੀ ਰੱਖੋ। ਤੇ ਇਸ ਤੋਂ ਇਲਾਵਾ ਗੈਰੀ ਜੀ, ਜਿਹੜਾ ਥ੍ਰਿਲ ਗੀਤ ਹਜੇ ਤਾਂ ਆਇਆ 2 ਦਿਨ, ਤਾਂ ਇੰਨਾ ਪਿਆਰ ਹੋ ਰਿਹਾ, ਸਤਿਕਾਰ ਹੋ ਰਿਹਾ, ਇਸ ਤੋਂ ਬਾਅਦ ਮੈਂ ਗੀਤ ਕੱਢੂੰਗਾ, ਸੋਹਣੀ ਲੱਗਦੀ ਨੰਬਰ 2 ਬਣਿਆ ਪਿਆ ਸਾਰਾ ਕੁਛ, ਉਹ ਲੋਕਾਂ ਦੀ ਬਹੁਤ ਫਰਮਾਇਸ਼ ਸੀਗਾ ਯਾਰ, ਉਹ ਫਾਸਟ ਰੈਪ ਤੁਸੀਂ ਕੀਤਾ ਨੀ, ਫਿਰ ਐਸਾ ਉਹਦੇ ਵਿੱਚ ਨਿਰਾ ਰੈਪ ਹੀ ਆ ਫਾਸਟ। ਤੇ ਸਰ ਇੱਕ ਕੁਐਸਚਨ ਹੈ, ਇਹ ਮੇਰੇ ਵੱਲੋਂ ਵੀ ਹੈ ਤੇ ਫੈਨ ਵੱਲੋਂ ਵੀ ਹੈ, ਕਿ ਮੂਵੀ ਦੇ ਵਿੱਚ ਸਾਨੂੰ ਤੁਸੀਂ ਕਦੋਂ ਦਿਖਾਈ ਦੋਗੇ ਐਜ਼ ਐਨ ਹੀਰੋ? ਉਹ ਵੀਰ ਜੀ ਗੈਰੀ ਜੀ, ਤੁਸੀਂ ਮਤਲਬ ਗੱਲ ਬਸਾਰੀ ਤੁਸੀਂ ਕਿੱਥੋਂ ਕੱਢੀ ਜਾਂਦੇ, ਤੇ ਇਹ ਮਾਲਕ ਦੀ ਕਿਰਪਾ ਨਾਲ ਅੱਜ ਫਿਰ ਮੈਂ ਤੁਹਾਨੂੰ ਦੱਸ ਹੀ ਦਿੰਦਾ, ਉਹ ਪਲੈਨਿੰਗ ਦੇ ਵਿੱਚ ਸੀਗੀ, ਹੁਣ ਤੇ ਲੋਕਡਾਊਨ ਹੋ ਗਿਆ, ਤੇ ਬਹੁਤ ਜਲਦੀ ਅਸੀਂ ਪਲਾਨ ਕਰ ਰਹੇ ਹਾਂ ਇੱਥੇ ਵਿੱਕੀ ਜੀ ਦੇ ਨਾਲ, ਦਲਜੀਤ ਭਾਜੀ ਦੇ ਨਾਲ, ਅਸੀਂ ਆਪਣੇ UK ਪ੍ਰੋਡਕਸ਼ਨ ਦੇ ਵਿੱਚ ਇਹ ਕਰ ਰਹੇ ਹਾਂ ਬਹੁਤ ਜਲਦੀ, ਅਗਲਾ ਸਟੇਪ ਇਹੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ। ਤੇ ਮਾਲਕ ਨੇ ਪਤਾ ਨੀ ਕਿੱਥੋਂ ਤਬਲਾ ਵਿਆਂਦੇ ਸੀ ਤੇ ਕਿੱਥੇ ਤੇ ਪਹੁੰਚਾਤਾ ਮਹਾਰਾਜ, ਪਤਾ ਨੀ ਸਤਿਗੁਰੂ ਦਾ ਹੁਕਮ ਕੀ ਆ, ਸੋ ਇਹਦੇ ਵਿੱਚ ਵੀ ਅਸੀਂ ਆ ਰਹੇ ਹਾਂ। ਬਹੁਤ ਲੋਕਾਂ ਦੀ ਡਿਮਾਂਡ ਸੀਗੀ ਵੀ ਕਿਉਂ ਨੀ ਆਈ, ਤੇ ਮੈਂ ਕਿਹਾ ਵੀ ਐਸੀ ਫਿਰ ਕੋਈ ਚੀਜ਼ ਹੋਵੇ ਤੇ ਅਸੀਂ ਆਪ ਹੀ ਹੁਣ ਸਟੋਰੀ ਸਾਰਿਆਂ ਨੂੰ ਮਿਲ ਮਿਲ ਕੇ, ਵਿੱਕੀ ਭਾਜੀ, ਦਲਜੀਤ ਭਾਜੀ, ਖੇਰ ਸਾਹਿਬ ਤੇ ਅਸੀਂ ਕਰ ਰਹੇ ਹਾਂ। ਥੈਂਕ ਯੂ, ਤੁਹਾਡੇ ਪਿਆਰ ਦਾ ਆਸ਼ੀਰਵਾਦ ਤੁਹਾਡਾ ਚਾਹੀਦਾ ਮਹਾਰਾਜ। ਬਿਲਕੁਲ ਸਰ, ਥੋੜਾ ਜਿਹਾ ਅਗਰ ਜੇ ਡਿਸਕਲੋਜ਼ ਕਰਨਾ ਚਾਹੋਗੇ ਫੈਨਸ ਦੇ ਲਈ ਕਿ ਕਿਵੇਂ ਦਾ ਮਤਲਬ ਤੁਹਾਡਾ ਦੇਖਣ ਨੂੰ ਉੱਥੇ ਮਿਲੋਗੇ ਸਾਨੂੰ ਮੂਵੀਜ਼ ਦੇ ਵਿੱਚ?
ਨਹੀਂ ਉਹ ਨਹੀਂ ਖਜੇ ਕਹਿ ਸਕਦੇ ਬਾਬਾ ਜੀ, ਉਹ ਤਾਂ ਫਿਰ ਚਲੋ ਕੋਸ਼ਿਸ਼ ਹੁੰਦਾ ਕਈ ਗੱਲਾਂ ਹੁੰਦੀਆਂ, ਤੇ ਬਾਕੀ ਚਲੋ ਕੋਸ਼ਿਸ਼ ਕਰ ਰਹੇ ਵੀ ਅੱਛਾ ਵਧੀਆ ਐਂਟਰਟੇਨਮੈਂਟ ਹੋਵੇ ਤੇ ਲੋਕਾਂ ਨੂੰ ਕੋਈ ਮੈਸੇਜ ਵੀ ਮਿਲੇ, ਜਰਾ ਖੁਸ਼ ਹੋ ਕੇ ਨਿਕਲਣ ਸਿਨੇਮੇ ਤੋਂ, ਨਾ ਕਿ ਹਨਾ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਬੇਨਤੀ ਕਰਨਾ ਚਾਹਨਾ ਪੇ ਰਲ ਕੇ ਆਪਾਂ ਅਰਦਾਸ ਕਰੀਏ, ਨਿਕਲ ਜਾਈਏ ਪਹਿਰੇ ਵਕਤ ਤੋਂ, ਸਭ ਦਾ ਭਲਾ ਮੰਗੋ। ਉਹਦੀ ਰਜ਼ਾ ਚ ਰਹਿਣਾ ਸੀ ਜਿਹੜਾ ਟਾਟਾ ਫੇਰ ਬਣਾਵੇ, ਉਹਦੀ ਰਜ਼ਾ ਚ ਰਹਿਣਾ ਸੀ ਜਿਹੜਾ ਟਾਟਾ ਫੇਰ ਬਣਾਵੇ, ਇਹ ਗੇੜਾ ਕੁਦਰਤ ਦਾ ਸਾਨੂੰ ਨਿੱਤ ਹੀ ਨਵਾਂ ਸਿਖਾਵੇ, ਸਦਾ ਸੁੱਖ ਨਾ ਦੁੱਖ ਰਹਿੰਦਾ ਪਲਕੇ ਹੁੰਦਾ ਨਵਾਂ ਸਵੇਰਾ, ਭਲਾ ਮੰਗ ਤੂੰ ਦੁਨੀਆਂ ਦਾ ਇੱਥੇ ਕੀ ਤੇਰਾ ਕੀ ਮੇਰਾ, ਭਲਾ ਮੰਗ ਤੂੰ ਦੁਨੀਆਂ ਦਾ ਇੱਥੇ ਕੀ ਤੇਰਾ ਕੀ ਮੇਰਾ, ਸਦਾ ਪਰਖ ਹੌਸਲੇ ਨੂੰ, ਪਰਖ ਹੌਸਲੇ ਨੂੰ ਬੰਦਿਆ ਤੇਰੀ ਟਾਣਾ ਮੈਂ, ਟਲ ਜਾਂਦੀ ਹਰ ਬਿਫਤਾ ਸਦਾ ਚੜ੍ਹਦੀ ਕਲਾ ਵਿੱਚ ਰਹਿ, ਟਲ ਜਾਂਦੀ ਹਰ ਬਿਫਤਾ ਸਦਾ ਚੜ੍ਹਦੀ ਕਲਾ ਵਿੱਚ, ਚੜ੍ਹਦੀ ਕਲਾ ਵਿੱਚ, ਚੜ੍ਹਦੀ ਕਲਾ ਵਿੱਚ ਰਹਿ। ਸੁਖਸ਼ਿੰਦਰ ਸ਼ਿੰਦਾ ਸਰ, ਤੇ ਅਗਲੀ ਵਾਰੀ ਫਿਰ ਹਾਜ਼ਰ ਹੋ ਜਾਵਾਂਗੇ ਜੀ ਇੱਕ ਨਵੇਂ ਸੈਲੀਬ੍ਰਿਟੀ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਗੈਰੀ ਨੂੰ ਦਿਓ ਇਜਾਜ਼ਤ, ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਜੋ ਹਰ ਕਦਮ ਤੁਹਾਡੇ ਨਾਲ।